ਸਤਿ ਸ਼੍ਰੀ ਅਕਾਲ ਜੀ। ਕਲੀਅਰ ਕਲੋਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਤੁਹਾਡੇ ਆਪਣੇ ਹੀ ਚੈਨਲ ਕਲੀਅਰ ਕਲੋਥ ਹਾਊਸ ਪਟਿਆਲਾ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓਜ਼ ਨੂੰ ਪਿਆਰ ਦੇ ਰਹੇ ਹੋ, ਇੰਨੇ ਸਾਰੇ ਕਮੈਂਟ ਲਿਖਦੇ ਹੋ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਫਿਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਅਸੀਂ ਬਹੁਤ ਹੀ ਜੈਨੂਅਨ ਪ੍ਰਾਈਸ 'ਤੇ ਤੁਹਾਡੇ ਲਈ ਬਹੁਤ ਸੋਹਣੀ ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਦੁਪਹਿਰੇ 12:05 'ਤੇ ਲੈ ਕੇ ਆਉਂਦੀ ਹਾਂ। ਕਦੇ ਕਦੇ ਟਾਈਮ ਤੁਹਾਡਾ ਅੱਗੇ ਪਿੱਛਾ ਹੋ ਜਾਂਦਾ ਜਦੋਂ ਕਿਤੇ ਨੈੱਟ ਨੁੱਟ ਸਲੋਅ ਹੁੰਦਾ, ਵੀਡੀਓ ਚੜ੍ਹਦੀ ਨਹੀਂ ਟਾਈਮ ਸਿਰ। ਸੋ ਵੈਸੇ ਸਾਡਾ ਟਾਈਮ ਇਹੀ ਹੈ ਅਤੇ ਸੂਟ ਘਰੇ ਵਾਂਗੂ ਹਰ ਜਗ੍ਹਾ ਅਸੀਂ ਪਹੁੰਚਦੇ ਹਾਂ, ਤੁਹਾਡੇ ਘਰ ਤੱਕ ਸੂਟ ਪਹੁੰਚਦਾ ਸਾਡਾ ਅਤੇ ਫ੍ਰੀ ਸ਼ਿਪਿੰਗ ਨਾਲ ਪਹੁੰਚਦਾ। ਉਹਦੇ ਵਾਸਤੇ ਜਿਹੜਾ ਨੰਬਰ ਚਾਹੀਦਾ ਉਹ ਤੁਹਾਨੂੰ ਇਹ ਚਾਹੀਦਾ। ਇੰਡੀਆ ਦੇ ਵਿੱਚ ਸਾਡੀ ਸ਼ਿਪਿੰਗ ਫ੍ਰੀ ਹੁੰਦੀ ਹੈ, ਠੀਕ ਹੈ, ਅਤੇ ਔਨਲਾਈਨ ਪੇਮੈਂਟ ਕਰਨੀ ਹੁੰਦੀ ਹੈ, ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ। ਜੇ ਸੰਡੇ ਨੂੰ ਤੁਸੀਂ ਆਉਣਾ ਚਾਹੋ ਤਾਂ ਨਹੀਂ ਆ ਸਕਦੇ, ਕਿਉਂਕਿ ਸੰਡੇ ਅਸੀਂ ਰੱਖਦੇ ਹਾਂ ਆਫ। ਵੈਸੇ ਤੁਸੀਂ ਸਾਡੀ ਸ਼ੋਪ 'ਤੇ ਆਰਾਮ ਨਾਲ ਆ ਸਕਦੇ ਹੋ, ਪਰ ਟਾਈਮ ਸਾਡਾ 10 ਤੋਂ 5 ਹੁੰਦਾ, ਇਸ ਕਰਕੇ ਜਦ ਵੀ ਆਉਣਾ ਇੱਕ ਫੋਨ ਜ਼ਰੂਰ ਕਰ ਲੈਣਾ, ਕਿਉਂਕਿ ਕਈ ਵਾਰੀ ਕੰਮ ਧੰਦੇ 'ਚ ਟਾਈਮ ਦਾ ਹੇਰ ਫੇਰ ਹੋ ਜਾਂਦਾ, ਇਸ ਕਰਕੇ ਫੋਨ ਕਰਕੇ ਸ਼ਿਓਰ ਹੋ ਕੇ ਆਉਣਾ, ਠੀਕ ਹੈ ਜੀ, ਵੀ ਅਸੀਂ ਹੈਗੇ ਹਾਂ। ਅਤੇ ਬਾਕੀ ਸਾਰਿਆਂ ਨੂੰ ਪਤਾ ਹੈ ਕਿ ਆਪਣੀ ਸਕੀਮ ਚੱਲ ਰਹੀ ਹੈ ਕਿ ਆਪਾਂ ਸੂਟ ਇੱਕ ਕਮੈਂਟ ਲੱਕੀ ਕਮੈਂਟਰ ਕੱਢ ਕੇ ਤੁਹਾਡੇ ਫ੍ਰੀ ਦਾ ਸੂਟ ਘਰ ਭੇਜਦੇ ਹਾਂ, ਹੈ ਨਾ। ਅਤੇ ਉਹਦੇ ਵਿੱਚ ਅੱਜ ਹੈਗਾ ਸੰਡੇ ਅਤੇ ਫਿਰ ਫ੍ਰੀ ਸੂਟ ਦੀ ਵਾਰੀ ਆ ਗਈ, ਅਤੇ ਲਓ ਜੀ ਆਪਾਂ ਪਹਿਲਾਂ ਲੱਕੀ ਕਮੈਂਟਰੀ ਕੱਢ ਲੈਂਦੇ ਹਾਂ ਸ਼ੁਰੂ 'ਚ, ਅਤੇ ਫਿਰ ਆਪਾਂ ਵੀਡੀਓ ਸ਼ੁਰੂ ਕਰਾਂਗੇ। ਅੱਜ ਤੁਹਾਨੂੰ ਰਾਮਟੈਕਸ 'ਤੇ ਪ੍ਰਿੰਟਡ ਸੂਟ ਦੇਣੀ ਹੈ, ਠੀਕ ਹੈ। ਹੁਣ ਸਾਰੀ ਕੋਸ਼ਿਸ਼ ਹੁੰਦੀ ਹੈ ਕਿ ਸੰਡੇ ਨੂੰ ਤੁਹਾਨੂੰ ਪ੍ਰਿੰਟਡ ਸੂਟ ਹੀ ਦੇਈਏ, ਅਤੇ ਜਿਨ੍ਹਾਂ ਨੇ ਪ੍ਰਿੰਟਡ ਸੂਟ ਲੈਣਾ ਹੁੰਦਾ ਉਹ ਫਿਰ ਆਰਾਮ ਨਾਲ ਪਿੱਕ ਕਰ ਸਕਦੇ ਟਾਈਮਲੀ। ਲਓ ਜੀ ਆਪਾਂ ਇਹ ਵੀਡੀਓ ਕੱਢੀ ਹੈ, ਜਿਹੜੀ ਸਾਡੀ 5 ਦਿਨ ਪੁਰਾਣੀ ਵੀਡੀਓ ਹੈ ਅਤੇ ਇਹਦੇ ਉੱਪਰ 11,000 ਵਿਊ ਨੇ ਅਤੇ ਕਮੈਂਟ ਕਿੰਨੇ ਨੇ, 1200, ਠੀਕ ਹੈ। ਅਤੇ ਲਓ ਜੀ ਆਪਾਂ ਇਹ ਵਾਲੀ ਵੀਡੀਓ ਦੇ ਜਿਹੜੇ ਕਮੈਂਟ ਹੈ ਉਹਨਾਂ ਨੂੰ ਇੱਕ ਵਾਰੀ ਰਿਵਾਈਵ ਕਰ ਲੈਂਦੇ ਹਾਂ ਸਾਰਿਆਂ ਨੂੰ, ਅਤੇ ਉਨੀ ਦੇਰ 'ਚ ਮੈਂ ਤੁਹਾਨੂੰ ਨਾਲ ਨਾਲ ਦੱਸ ਦਿੰਦੀ ਹਾਂ। ਜੇ ਕਿਸੇ ਨੂੰ ਮਤਲਬ ਨਹੀਂ ਪਤਾ ਇਹ ਸਕੀਮ ਦਾ, ਇਹਦੇ 'ਚ ਇਹ ਹੈ ਕਿ ਤੁਸੀਂ ਸਾਡੀ ਵੀਡੀਓ ਦੇ ਉੱਤੇ ਕਮੈਂਟ ਕਰਨੇ ਹੈ ਅਤੇ ਹਫ਼ਤਾ ਤੁਸੀਂ ਕਮੈਂਟ ਕਰਦੇ ਰਹਿਣਾ ਅਤੇ ਹਫ਼ਤੇ ਬਾਅਦ ਸੰਡੇ ਨੂੰ ਜਿਹੜੀ ਵੀਡੀਓ ਆਉਂਦੀ ਆ ਉਹਦੇ 'ਚ ਅਸੀਂ ਇੱਕ ਲੱਕੀ ਕਮੈਂਟਰ ਕੱਢਦੇ ਹਾਂ। 3 ਆਈਡੀਜ਼ ਚੁੱਕਦੇ ਹੁੰਦੇ ਹਾਂ, 3 ਵਿੱਚੋਂ ਜਿਹਦੇ ਸਭ ਤੋਂ ਵੱਧ ਕਮੈਂਟ ਹੁੰਦੇ ਆ ਉਹਨੂੰ ਅਸੀਂ ਸੂਟ ਘਰ ਹੀ ਭੇਜ ਦਿੰਦੇ ਹਾਂ। ਅਤੇ ਜੇ ਤੁਸੀਂ ਮੰਨ ਲਓ ਸਾਰੀਆਂ ਜਿਹੜੀਆਂ ਆਈਡੀਜ਼ ਚੱਕੀਆਂ ਉਹਨਾਂ ਦੀਆਂ 100+ 100+ ਸ਼ੋਅ ਕਰ ਰਿਹਾ ਸਾਡਾ ਫੋਨ, ਅਤੇ ਫਿਰ ਆਪਾਂ ਪਰਚੀ ਸਿਸਟਮ ਕਰ ਲੈਂਦੇ ਹਾਂ, ਜਿਹਦੀ ਪਰਚੀ ਨਿਕਲ ਆਉਂਦੀ ਹੈ ਉਹਨੂੰ ਆਪਾਂ ਸੂਟ ਦੇ ਦਿੰਦੇ ਹਾਂ, ਠੀਕ ਹੈ ਜੀ। ਅਤੇ ਬਸ ਇਹੀ ਸਿਸਟਮ ਹੈ, ਇੰਨਾ ਕੀ, ਹੋਰ ਕੁਛ ਨਹੀਂ। ਬਾਕੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ, ਇੰਨਾ ਕੁ ਬਹੁਤ ਜ਼ਰੂਰੀ ਹੈ, ਇੰਨੀ ਹੈਲਪ ਕਰਿਆ ਕਰੋ ਤੁਸੀਂ ਸਾਡੀ, ਕਿਉਂਕਿ ਸੀਨੀਅਰਸ ਨੂੰ ਵੀ ਬਹੁਤ ਪ੍ਰੋਬਲਮ ਹੁੰਦੀ ਹੈ, ਉਹਨਾਂ ਨੂੰ ਵੀਡੀਓ ਸਬਸਕ੍ਰਾਈਬ ਬਹੁਤੀ ਵਾਰੀ ਚੈਨਲ ਸਬਸਕ੍ਰਾਈਬ ਨਹੀਂ ਕਰਨਾ ਆਉਂਦਾ ਹੁੰਦਾ ਬਹੁਤ ਭੈਣਾਂ ਨੂੰ, ਅਤੇ ਫਿਰ ਪ੍ਰੋਬਲਮ ਹੁੰਦੀ ਉਹਨਾਂ ਨੂੰ ਅਤੇ ਉਹਨਾਂ ਨੂੰ ਟਾਈਮਲੀ ਵੀਡੀਓ ਨਹੀਂ ਮਿਲਦੀ, ਅਤੇ ਇਸ ਕਰਕੇ ਜੇ ਤੁਸੀਂ ਸ਼ੇਅਰ ਕਰ ਦਿਉ ਤਾਂ ਘੁੰਮਦੀ ਫਿਰਦੀ ਕਿਤੇ ਨਾ ਕਿਤੇ ਉਹਨਾਂ ਦੇ ਸਾਹਮਣੇ ਆ ਹੀ ਜਾਂਦੀ ਹੈ ਫਿਰ, ਠੀਕ ਹੈ ਜੀ। ਲਓ ਜੀ ਆਪਾਂ ਹੁਣ ਖੋਲ੍ਹ ਦਿੰਦੇ ਹਾਂ ਇਹਨੂੰ, ਕਿਉਂਕਿ ਬੰਦੇ ਬਹੁਤ ਹੋ ਗਏ ਆਪਾਂ, ਇਸ ਕਰਕੇ ਜਗਾਉਣ 'ਤੇ ਵੀ ਟਾਈਮ ਜ਼ਿਆਦਾ ਲੱਗਦਾ, ਠੀਕ ਹੈ। ਪਰ ਤੁਸੀਂ ਨਾ ਜਦੋਂ ਵੀਡੀਓ ਦੇਖਦੇ ਹੁੰਦੇ ਆ ਪੇਸ਼ੈਂਸ ਨਾਲ ਵੀਡੀਓ ਦੇਖਿਆ ਕਰੋ, ਕਿਉਂਕਿ ਕਈ ਵਾਰੀ ਆਪਾਂ ਡਿਟੇਲ ਜਿਹੜੀ ਹੈ ਕਿਸੇ ਨਾ ਕਿਸੇ ਚੀਜ਼ ਦੀ ਬਾਅਦ 'ਚ ਜਾ ਕੇ ਦੱਸ ਦਿੰਦੇ ਹਾਂ, ਹੈ ਨਾ। ਅਤੇ ਫਿਰ ਤੁਹਾਨੂੰ ਜਿਵੇਂ ਕਦੇ ਅਸੀਂ ਰੇਟ ਚੇਂਜ ਕਰਤਾ, ਅੱਧੇ ਦਾ ਦੂਸਰੇ ਬਾਅਦ 'ਚ ਆਏ ਉਹਨਾਂ ਦਾ ਰੇਟ ਬਦਲ ਗਿਆ ਜਾਂ ਕੋਈ ਬ੍ਰਾਂਡ ਚੇਂਜ ਹੋ ਗਿਆ, ਉਹ ਚੀਜ਼ ਦਾ ਫਿਰ ਤੁਹਾਨੂੰ ਈਜ਼ੀ ਹੋਊਗਾ। ਇਸ ਕਰਕੇ ਪੂਰੀ ਵੀਡੀਓ ਦੇਖਿਆ ਕਰੋ, ਸਕਿਪ ਨਾ ਕਰਿਆ ਕਰੋ, ਐਂ ਸਮਝਿਆ ਕਰੋ ਵੀ ਸ਼ੋਪ 'ਤੇ ਗਏ, ਅੱਧਾ ਘੰਟਾ ਤਾਂ ਕੋਈ ਬਾਹਲੀ ਗੱਲ ਨਹੀਂ ਹੈਗੀ, ਠੀਕ ਹੈ। ਉੱਦਾਂ ਤੁਸੀਂ ਸਾਡੀ ਸ਼ੋਪ 'ਤੇ ਆਉਣਾ ਹੋਊਗਾ, ਪਹਿਲਾਂ ਚੱਲ ਕੇ ਆਓਗੇ, ਫਿਰ ਤੁਸੀਂ 2 ਘੰਟੇ ਇੱਥੇ ਵੀ ਰਹੋਗੇ, ਉਦੋਂ ਤਾਂ ਫਿਰ ਈਜ਼ੀ ਹੈ ਨਾ। ਲਓ ਜੀ ਆਪਾਂ ਬਸ ਹੁਣ ਖੁੱਲ੍ਹਣ ਵਾਲੀ ਹੈ, ਮੈਨੂੰ ਲੱਗਦਾ ਸਾਰੇ ਖੁੱਲ੍ਹ ਗਏ। ਲਓ ਜੀ ਖੁੱਲ੍ਹ ਗਏ ਸਾਰੇ, ਹੁਣ ਨਹੀਂ ਖੁੱਲ੍ਹ ਰਹੇ ਹੋਰ।
ਲੋ ਜੀ ਲੋ ਜੀ, ਹਰਪ੍ਰੀਤ ਕੌਰ ਜੀ ਦਾ ਨਾਂ ਹੈ। ਠੀਕ ਹੈ, ਕਿੰਨੇ? 4 ਕਮੈਂਟ ਨੇ, 4 ਕਮੈਂਟ ਨੇ, ਇਹ ਨਵੇਂ ਜੁੜੇ ਨੇ ਆਪਣੇ ਨਾਲ। ਅਸੀਂ ਨੋਟ ਕਰ ਲਿਆ, ਵੈਸੇ ਆਈਡੀ ਦੀ ਜ਼ਰੂਰਤ ਨਹੀਂ ਪੈਣੀ ਮੈਨੂੰ ਲੱਗਦਾ, ਕਿਉਂਕਿ ਜ਼ਿਆਦਾ ਕਮੈਂਟਾਂ ਵਾਲੇ, ਬਟ ਸਟਿਲ ਯੂ ਆਰ ਵੈਰੀ ਲੱਕੀ ਹਰਪ੍ਰੀਤ ਜੀ। ਠੀਕ ਹੈ, ਚਲੋ ਹੁਣ ਅਗਲੀ ਆਈਡੀ ਚੁੱਕਦੇ ਹਾਂ ਆਪਾਂ। ਇਹ ਵੀ ਹੋ ਸਕਦਾ ਦੂਜੇ ਸਾਰੇ ਨਵੇਂ ਹੋਣ, ਹੈ ਨਾ। ਕੀ ਨਾਮ ਹੈ? ਕਰਮਜੀਤ। ਓਪਨ ਕਰੋ। ਕਰਮਜੀਤ, ਕਰਮਜੀਤ ਮਾਨ, ਕਰਮਜੀਤ ਮਾਨ। ਇਹਨਾਂ ਦੇ ਕਿੰਨੇ ਹੈ? 100+। ਲਓ ਜੀ, ਇਹਨਾਂ ਦਾ ਸਕਰੀਨਸ਼ਾਟ ਲੈ ਲੈਂਦੇ ਹਾਂ ਅਸੀਂ, ਫਿਰ ਆਪਾਂ ਨੂੰ ਮੈਨੂੰ ਲੱਗਦਾ ਉਹਨਾਂ ਦੀ ਤਾਂ ਜ਼ਰੂਰਤ ਹੀ ਨਹੀਂ ਪਈ। ਹਰਪ੍ਰੀਤ ਕੌਰ ਜੀ ਦੇ ਘੱਟ ਸੀ ਕਮੈਂਟ, ਅਤੇ ਹੁਣ ਆਪਾਂ ਦੁਬਾਰਾ ਅਗਲਾ ਲੱਕੀ ਵਿਨਰ ਕੱਢਦੇ ਹਾਂ। ਕਰਮਜੀਤ ਖੱਟੜਾ ਸਾਹਿਬ। ਅੱਛਾ, ਖੱਟੜਾ ਸਾਹਿਬ, ਮੈਨੂੰ ਲੱਗਿਆ ਕਰਮਜੀਤ ਜੀ ਹੈ। ਇਹਨਾਂ ਦੇ ਕਿੰਨੇ? 100+। ਲਓ ਜੀ, ਦੋ ਜਣੇ ਹੋ ਗਏ, ਇਹਨਾਂ ਦਾ ਵੀ ਸਕਰੀਨਸ਼ਾਟ ਲੈ ਲੈਣੇ। ਇੱਕ ਖੱਟੜਾ ਸਾਹਿਬ ਦਾ, 3 ਨੰਬਰ ਪਰਚੀ ਆਊਗੀ ਅੱਜ। ਬਸ ਦੋ ਜਣੇ ਦੀ ਪਾਉਣੀ ਹੈ। ਕਰਮਜੀਤ ਜੀ ਨੂੰ ਪਹਿਲਾ ਨੰਬਰ ਦੇ ਦਿੰਦੇ ਹਾਂ। ਠੀਕ ਹੈ, ਕਰਮਜੀਤ ਜੀ, ਤੁਹਾਡੀ ਪਰਚੀ ਦਾ ਨੰਬਰ 1 ਹੋਊਗਾ, ਅਤੇ ਖੱਟੜਾ ਸਾਹਿਬ ਦਾ 2 ਹੋਊਗਾ। ਠੀਕ ਹੈ ਜੀ, ਲਓ ਇੱਕ ਦੋ ਹੀ ਹੋ। ਕਰਮਜੀਤ ਜੀ ਦਾ, ਕਰਮਜੀਤ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਅਤੇ ਸੂਟ ਤੁਹਾਨੂੰ ਅੱਜ ਬਹੁਤ ਸੋਹਣਾ ਦੇਣਾ ਅਸੀਂ। ਲਓ ਜੀ, ਤੁਸੀਂ ਸਾਨੂੰ ਕੰਟੈਕਟ ਕਰ ਲੈਣਾ, ਅਤੇ ਸਾਰੇ ਜਣੇ ਕਰਮਜੀਤ ਜੀ ਨੂੰ ਮੁਬਾਰਕਾਂ ਦਿਓ। ਲਓ ਜੀ, ਤੁਹਾਨੂੰ ਅੱਜ ਅਸੀਂ ਆਰਟੈਕਸ ਦਾ ਸੂਟ ਦੇਣਾ ਵਿਦ ਦੁਪੱਟਾ। ਠੀਕ ਹੈ, ਕੋਟਨ ਦਾ ਦੇਵਾਂਗੇ, ਪਿਓਰ ਕੋਟਨ ਦਾ, 100% ਪਿਓਰ ਕੋਟਨ ਹੋਊਗੀ। ਵਿਦਆਊਟ ਲਾਈਨਿੰਗ ਤੁਹਾਡਾ ਸੂਟ ਬਣੂਗਾ। ਠੀਕ ਹੈ, ਇਹ ਕਲਰ ਤੁਹਾਡੇ ਕੋਲ ਪਹੁੰਚੂਗਾ, ਅਤੇ ਨਾਲ ਫੁੱਲ ਪਿਓਰ ਦਾ ਦੁਪੱਟਾ ਹੋਊਗਾ ਨਾਲ। ਠੀਕ ਹੈ ਜੀ, ਆਹ ਦੁਪੱਟਾ ਆਊਗਾ ਨਾਲ, ਖੁੱਲ੍ਹਾ ਡੁੱਲਾ। ਠੀਕ ਹੈ, ਇਹ ਸੂਟ ਤੁਹਾਡੇ ਕੋਲ ਪਹੁੰਚ ਜੂਗਾ, ਅਤੇ ਸਾਰੇ ਜਣੇ ਕਰਮਜੀਤ ਜੀ ਨੂੰ ਮੁਬਾਰਕਾਂ ਦਿਓ ਜੀ, ਅਤੇ ਜੁੜੇ ਰਹੋ ਸਾਰੇ ਜਣੇ ਸਾਡੇ ਨਾਲ, ਅਤੇ ਫਿਰ ਮਿਲਦੇ ਹਾਂ ਅਗਲੇ ਸੰਡੇ ਦੁਬਾਰਾ ਇਸੇ ਹੀ ਸਕੀਮ ਨਾਲ। ਅਤੇ ਲਓ ਜੀ, ਹੁਣ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਰਾਮਟੈਕਸ ਦੇ ਪ੍ਰਿੰਟਡ ਸੂਟ। ਜਿਹੜਾ ਹੁਣ ਮੈਂ ਤੁਹਾਨੂੰ ਸੂਟ ਦਿਖਾਉਣ ਲੱਗੀ ਹਾਂ, ਇਹ ਲਿਲਨ ਦੇ ਉੱਤੇ ਬਣਿਆ ਹੋਇਆ, ਫੈਬਰਿਕ ਲਿਲਨ ਰਹੂਗਾ, ਰਾਮਟੈਕਸ ਦੀ ਸਟੈਂਪ ਰਹੂਗੀ। ਠੀਕ ਹੈ, ਪ੍ਰਿੰਟਿੰਗ ਤੁਸੀਂ ਦੇਖ ਲਓ ਕਿੰਨੀ ਪਿਆਰੀ ਹੈ, ਕੋਡ ਸੈੱਟ ਬਣਾਉਣ ਲਈ ਹੋਰ ਬਹੁਤ ਪਿਆਰਾ ਲੱਗਣ ਵਾਲਾ ਹੈ। ਜੇ ਤੁਸੀਂ ਵੈਸੇ ਵੀ ਸਿੰਪਲ ਸੂਟ ਵੀ ਬਣਾਉਣੇ ਹੈ, ਤਾਂ ਪੂਰਾ ਪੜ੍ਹਿਆ ਲਿਖਿਆ ਸੂਟ ਬਣੂਗਾ ਤੁਹਾਡਾ, ਅਤੇ ਆਹ ਇਹਦੇ ਨਾਲ ਮਿਲੂਗੀ ਤੁਹਾਨੂੰ ਬਿਊਟੀਫੁੱਲ ਬੋਟਮ, ਜਿਹਦੇ 'ਚ ਹਲਕੀ ਹਲਕੀ ਤੁਹਾਨੂੰ ਸੈਲਫ ਟਾਈਪ ਪ੍ਰਿੰਟਿੰਗ ਜੀ ਦਿਖਦੀ ਹੈ, ਬਿਲਕੁਲ ਪਲੇਨ ਨਹੀਂ ਹੈਗਾ। ਇਹ ਵੀ ਲੇਲਣ ਦੇ ਉੱਤੇ ਹੀ ਹੈ, ਇਹ ਵੀ ਲੇਲਣ ਦੇ ਉੱਤੇ ਹੈ। ਠੀਕ ਹੈ, ਰਾਮਟੈਕਸ ਦੀ ਲੇਲਣ ਹੋਊਗੀ, ਅਤੇ ਪ੍ਰਾਈਸ ਰਹੂਗਾ 1050। ਠੀਕ ਹੈ ਜੀ, 1050 ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚਦਾ ਕਰਨਾ, ਅਸੀਂ ਐਕਸਟਰਾ ਸ਼ਿਪਿੰਗ ਚਾਰਜਸ ਕੋਈ ਨਹੀਂ ਦੇਣੇ ਤੁਸੀਂ। ਲਓ ਜੀ, ਇਹਦੇ ਤੁਹਾਨੂੰ ਮੈਂ ਕਲਰ ਦਿਖਾ ਦਿੰਦੀ ਹਾਂ ਫਟਾਫਟ। ਅਗਲਾ ਆਊਗਾ ਜੀ ਕਲਰ ਤੁਹਾਡੇ ਕੋਲ, ਮਿੱਠਾ ਜਿਹਾ ਪੈਰਟ ਕਲਰ। ਠੀਕ ਹੈ, ਬਹੁਤ ਸੋਹਣੀ ਲੁੱਕ ਦੇ ਸੂਟ ਰੈਡੀ ਹੋਣੇ ਆ ਤੁਹਾਡੇ, ਬਿਊਟੀਫੁੱਲ ਕਾਲੇ ਮਾਲੇ ਜੇ ਬਹੁਤ ਪਿਆਰੇ ਲੱਗ ਰਹੇ ਹੈ। ਕੋਈ ਵੀ ਏਜ ਗਰੁੱਪ ਹੈ, ਤੁਸੀਂ ਇਸ ਨੂੰ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ, ਕਿਉਂਕਿ ਕਿਸੇ ਵੀ ਕਿਸਮ ਦਾ ਤਿੱਖਾਪਣ ਸੂਟ 'ਚ ਨਹੀਂ ਹੈਗਾ। ਚਲੋ, ਇਹਦੇ ਵਿੱਚ ਹਾਂ ਹੈਗੀਆਂ ਬੜੀਆਂ ਬੜੀਆਂ ਲਾਈਨਸ ਜੀ ਟਾਈਪ, ਹੈ ਨਾ, ਹਾਂ ਹੈਗਾ। ਅਤੇ ਲਓ ਜੀ, ਅਗਲਾ ਕਲਰ ਮਿੱਠਾ ਮਸਟਰਡ, ਯੈਲੋ ਮਸਟਰਡ ਜਿਹੜਾ ਹੁੰਦਾ ਮਿੱਠਾ ਜਿਹਾ,
ਉਹ ਕਲਰ ਹੈ, ਤਿੱਖਾ ਨਹੀਂ ਹੈ ਬਿਲਕੁਲ ਵੀ ਸੂਟ, ਠੀਕ ਹੈ। ਥੋੜ੍ਹਾ ਜਿਹਾ ਤੁਹਾਨੂੰ ਹੋਰ ਖੋਲ੍ਹ ਕੇ ਦਿਖਾ ਦਿੰਦੀ ਹੈ। ਵਿਦਾਊਟ ਲਾਈਨਿੰਗ ਸੂਟ ਬਣਨਗੇ, ਲਾਈਨਿੰਗ ਲਵਾ ਕੇ ਬਣਾਉਣੇ ਆ, ਉਹ ਤੁਹਾਡੀ ਆਪਣੀ ਇੱਛਾ ਹੈ, ਠੀਕ ਹੈ। ਆ ਲਓ, ਬਹੁਤ ਪਿਆਰਾ ਲੱਗਣਾ ਸੂਟ ਬਣ ਕੇ। ਅਤੇ ਕੋਡ ਸੈੱਟਸ ਲਈ ਤਾਂ ਸਪੈਸ਼ਲ ਪ੍ਰਿੰਟ ਹੈ ਇਹ, ਕਿਉਂਕਿ ਕੋਡ ਸੈੱਟ ਇਹਦੇ ਬਹੁਤ ਸੋਹਣੇ ਲੱਗਦੇ ਆ, ਠੀਕ। ਅਤੇ ਅਗਲਾ ਕਲਰ ਦੇਖ ਲਓ, ਲਓ ਜੀ ਪਿੰਕ ਹੈ ਨਾ, ਤਰਬੂਜੀਆ ਪਿੰਕ ਜਿਹਾ, ਤਿੱਖਾ ਨਹੀਂ ਹੈ ਬਟ ਹਾਂ ਬਹੁਤ ਸੋਹਣਾ ਪਿੰਕ ਕਲਰ ਹੈ। ਮਿੰਟ ਇੱਕ ਹੀ ਲਾਉਣਾ ਹੈ ਕਿਉਂਕਿ ਸਟੋਕ ਸਾਡੇ ਕੋਲ ਲਿਮਿਟਡ ਹੈ। ਲਓ ਜੀ 1050 'ਚ ਤੁਹਾਨੂੰ ਇਹ ਸੂਟ ਤੁਹਾਡੇ ਘਰ ਪਹੁੰਚਦੇ ਕਰਨੇ ਹੈ। ਲਓ ਜੀ ਆਹ ਕਲਰ ਬਹੁਤ ਸੋਹਣਾ ਹੈ, ਇਹ ਸਾਡੀ ਬੇਬੇ ਨੇ ਪਾਇਆ ਹੋਇਆ, ਤੁਹਾਨੂੰ ਕੱਲ੍ਹ ਦਿਖਾਇਆ ਸੀ ਪਲਾਜ਼ੋ ਪਾਈ ਬੈਠੀ ਬੇਬੇ, ਸੇਮ ਕਲਰ, ਬਹੁਤ ਸੋਹਣਾ ਲੱਗ ਰਿਹਾ, ਬਹੁਤ ਪਿਆਰਾ ਲੱਗਦਾ ਇਹ ਕਲਰ। ਲਓ ਠੀਕ ਹੈ, ਲਓ ਜਿਹੜਾ ਮਰਜ਼ੀ ਕਲਰ ਲਓ, ਮਿੰਟੋ ਮਿੰਟੀ 1050 'ਚ ਸੂਟ ਤੁਹਾਡੇ ਘਰ ਪਹੁੰਚ ਜਾਣਾ ਹੈ। ਲਓ ਜੀ ਹੁਣ ਅਗਲਾ ਦਿਖਾਉਂਦੇ ਹਾਂ ਤੁਹਾਨੂੰ, ਇਹ ਹੋਊਗਾ ਏਅਰ ਕੂਲ, ਕੱਪੜਾ ਨਾਲ ਨਾਲ ਨੋਟ ਕਰਦੇ ਜਾਣੇ, ਤਾਂ ਹੀ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਵੀਡੀਓ ਪੂਰੀ ਦੇਖਿਆ ਕਰੋ, ਕਈ ਵਾਰੀ ਸ਼ੁਰੂ ਆਪਾਂ ਕਿਸੇ ਹੋਰ ਕੱਪੜੇ ਤੋਂ ਕਰਦੇ ਹਾਂ, ਅੱਗੇ ਅੱਗੇ ਜਾ ਕੇ ਚੇਂਜ ਹੋ ਜਾਂਦਾ ਫੈਬਰਿਕ, ਤਾਂ ਫਿਰ ਭੁਲੇਖਾ ਨਾ ਰਹੇ, ਪ੍ਰੋਪਰ ਦੇਖ ਲਿਆ ਕਰੋ, ਠੀਕ ਹੈ। ਇਹ ਤੁਹਾਨੂੰ ਮਿਲੂਗਾ ਜੀ ਏਅਰ ਕੂਲ, ਅਤੇ ਆ ਇਹਦੇ ਨਾਲ ਮਿਲੂਗਾ ਤੁਹਾਨੂੰ ਬੋਟਮ, ਦੋਨੋਂ ਤਰੀਕਿਆਂ ਨਾਲ ਬਹੁਤ ਸੋਹਣਾ ਲੱਗਣ ਵਾਲਾ ਹੈ, ਚਾਹੇ ਤੁਸੀਂ ਸੂਟ ਬਣਾਓ ਅਤੇ ਚਾਹੇ ਤੁਸੀਂ ਇਹਨੂੰ ਕੋਡ ਸੈੱਟ ਯੂਜ਼ ਕਰ ਲਓ, ਬਹੁਤ ਪਿਆਰੀ ਚੀਜ਼ ਲੁੱਕ ਆਉਣੀ ਹੈ ਸੂਟ ਦੀ, ਬਹੁਤ ਪੜ੍ਹਿਆ ਲਿਖਿਆ ਸੂਟ ਬਣਨਾ ਤੁਹਾਡਾ, ਬਿਲਕੁਲ PhD ਹੋਲਡਰ, ਠੀਕ ਹੈ 1050 'ਚ। ਅਗਲਾ ਵੀ ਮਿੱਠਾ ਪੀਲਾ, ਪੀਲਾ ਵੀ ਨਹੀਂ, ਪੀਲਾ ਵੀ ਨਹੀਂ, ਅਲੱਗ ਜਿਹਾ ਹੀ ਰੰਗ ਹੈ, ਗੋਲਡਨ ਮਸਟਰਡ ਜਿਹਾ ਹੈ, ਹੈ ਨਾ, ਗੋਲਡਨ ਮਸਟਰਡ ਜਿਹਾ ਕਲਰ ਹੈ। ਅਤੇ ਆ ਇਹਦੇ ਨਾਲ ਤੁਹਾਨੂੰ ਮਿੱਠੇ ਜਿਹੇ ਰੰਗ ਦੀ ਬੋਟ ਸ਼ਰਟ ਪ੍ਰਿੰਟ ਮਿਲੂਗਾ, ਠੀਕ ਹੈ। ਕੋਈ ਮਰਜ਼ੀ ਏਜ ਗਰੁੱਪ ਹੈ, ਆਰਾਮ ਨਾਲ ਤੁਸੀਂ ਵੇਅਰ ਕਰ ਸਕਦੇ ਹੋ 1050 'ਚ। ਲਓ ਜੀ ਅਗਲਾ ਡਾਰਕ ਪੁਦੀਨੀਆ ਹਰਾ ਹੁੰਦਾ ਜਿਹੜਾ, ਉਹਦਾ ਹੀ ਡਾਰਕ ਵਰਸ਼ਨ ਹੈ, ਹਾਂ ਉਹਦਾ ਹੀ ਡਾਰਕ ਵਰਸ਼ਨ ਹੈ ਇਹ, ਠੀਕ ਹੈ। ਅਤੇ ਇਹਦੇ ਉੱਤੇ ਤੁਹਾਨੂੰ ਆਹ ਵਾਲਾ ਮਿਲੂਗਾ ਜੀ ਪ੍ਰਿੰਟ, ਏਅਰ ਕੂਲ, ਲਓ ਜੀ ਏਅਰ ਕੂਲ 'ਤੇ ਹੋਊਗਾ, ਵਿਦਾਊਟ ਲਾਈਨਿੰਗ ਬਣੂਗਾ, ਕੋਈ ਸੀ ਥਰੂ ਨਹੀਂ, ਕੁਛ ਨਹੀਂ, ਠੀਕ ਹੈ। ਆ ਲਓ ਥੋੜ੍ਹੇ ਹੋਰ ਖੋਲ੍ਹਾਂ, ਆ ਲਓ ਆਹ ਪ੍ਰਿੰਟ ਆਊਗਾ ਇਹਦਾ, ਬਹੁਤ ਪਿਆਰਾ ਜਿਹਾ ਪ੍ਰਿੰਟ ਆਉਣਾ ਤੁਹਾਡਾ। ਲਓ ਫੁੱਲ ਵੱਡਾ ਵੀ ਹੈ ਪਰ ਫੁੱਲ ਦਿਖਦਾ ਹੀ ਥੋੜ੍ਹਾ, ਅਤੇ ਕਲਰ ਬਹੁਤ ਸੋਹਣਾ, ਕਲਰ ਬਿਊਟੀ ਵੀ ਬਹੁਤ ਪਿਆਰੀ ਹੈ, ਕਲਰ ਕੰਬੀਨੇਸ਼ਨ, ਅਤੇ ਪ੍ਰਾਈਸ ਸਿਰਫ 1050 ਰੁਪਏ, ਠੀਕ ਹੈ ਜੀ। ਨੈਕਸਟ ਅਗਲਾ ਤੁਹਾਨੂੰ ਮਿਲ ਰਿਹਾ ਇਹ ਵਾਲਾ ਕਲਰ, ਲਓ ਕਲਰ ਸਾਰਿਆਂ ਦੇ ਬਹੁਤ ਸੋਹਣੇ ਸੋਹਣੇ, ਮਖਮਲੀ ਫੈਬਰਿਕ ਆਉਣਾ ਤੁਹਾਡੇ ਕੋਲ, ਰਾਮਟੈਕਸ ਬ੍ਰਾਂਡ ਦਾ, ਇਹਦੇ ਉੱਪਰ ਅਸੀਂ ਇੱਦਾਂ ਆ ਗਿਆ ਬਾਈ ਰਾਮਟੈਕਸ, ਪਰ ਕਈ ਵਾਰੀ ਕੱਟਿਆ ਹੁੰਦਾ ਤਾਂ ਧਿਆਨ ਰੱਖਣਾ ਤੁਸੀਂ ਇਸ ਚੀਜ਼ ਦਾ, ਹੁਣ ਤੱਕ ਤੁਸੀਂ ਸਾਡੇ ਨਾਲ ਡੀਲ ਕਰਦੇ ਕਰਦੇ ਸਿੱਖ ਹੀ ਗਏ ਹੋਵੋਗੇ ਵੀ ਕਿਵੇਂ ਸਟੈਂਪ ਇਹਦੀ ਪਤਾ ਲੱਗਦੀ ਹੈ, ਠੀਕ ਹੈ। ਬੋਟਮ ਦੇ ਉੱਤੇ ਸਟੈਂਪ ਨਹੀਂ ਆਈ ਹੋਈ, ਠੀਕ, ਅਸੀਂ ਤੁਹਾਨੂੰ ਪਹਿਲਾਂ ਨੋਟ ਕਰਾ ਰਹੀ ਹਾਂ, ਠੀਕ ਹੈ, ਪਰ ਰਾਮਟੈਕਸ ਦੀ ਓਰੀਜਨਲ ਚੀਜ਼ ਹੋਣ ਦੀ ਸਾਡੀ ਜ਼ਿੰਮੇਵਾਰੀ ਹੈ, ਗਰੰਟੀ ਹੈ ਸਾਡੀ ਓਪਨਲੀ ਵੀਡੀਓ 'ਚ। ਲਓ ਜੀ ਐਨ ਏ ਕਲਾਸ ਫੈਬਰਿਕ 1050 ਤੁਹਾਡੇ ਘਰ। ਲਓ ਜੀ ਇਹ ਹੈਗਾ ਜੀ ਫੈਬਰਿਕ, ਉਹਦਾ ਹੀ ਹੈ, ਮੈਂ ਇਹ ਦੇਖ ਰਹੀ, ਉਹੀ ਹੈ। ਲਓ ਜੀ ਕਲਰ ਦੇਖੋ, ਕਲਰ ਡਿਫਾਈਨ ਕਰਨਾ ਹੀ ਔਖਾ ਹੈ, ਬਹੁਤ ਪਿਆਰਾ ਕਲਰ, ਜਿਹੜਾ ਮਰਜ਼ੀ ਕਲਰ ਮਿਲ ਜੇ ਤੁਹਾਨੂੰ, ਸਾਰੇ ਕਲਰ ਦੇ ਬਿਲਕੁਲ ਹੀ ਨਿਊ ਜੀ ਨਹੀਂ, ਡਿਫਰੈਂਟ ਜਿਹੇ ਕਲਰ ਕੰਬੀਨੇਸ਼ਨ ਲੱਗੇ ਹੋਏ ਨੇ ਇਹਨਾਂ ਨੂੰ, ਅਤੇ ਬਹੁਤ ਪਿਆਰੀ ਜਿਹੇ ਸੂਟ ਨੇ ਸਿਰਫ 1050 'ਚ। ਹੁਣ ਇਹਦੇ ਵਿੱਚ ਵੀ ਆ ਦੇਖੋ ਬਾਈ ਰਾਮਟੈਕਸ ਜਿਹੜਾ ਉਹ ਕੱਟ ਗਿਆ, ਦੇਖੋ ਇਹ ਤਾਂ ਤੁਹਾਨੂੰ ਹਲੇ ਵੀ ਪਤਾ ਲੱਗ ਰਿਹਾ ਹੁਣ, ਆਹ ਸਟੈਂਪ ਦੇਖ ਲਓ, ਇਹ ਰਾਮਟੈਕਸ ਵਾਲਿਆਂ ਦੀ ਹੁੰਦੀ ਹੈ, ਠੀਕ ਹੈ ਜੀ।
ਬੋਟਮ ਤੇ ਇਹਨਾਂ ਦੇ ਸਟੈਂਪ ਨਹੀਂ ਹੈਗੀ, ਜਿਹੜੀ ਇਹਨਾਂ ਦੇ ਨਾਲ ਬੋਟਮ ਲੱਗੀ ਹੋਈ ਹੈ ਸਿਰਫ ਸ਼ਰਟ ਤੇ ਹੈ। ਲਓ ਜੀ ਅਗਲਾ ਦੇਖੋ, ਫਿਰ ਨਵਾਂ ਕਲਰ ਫੌਜੀ ਗ੍ਰੀਨ ਕਲਰ ਹੈ। ਹਾਂ ਬਿਲਕੁਲ ਹੀ ਡਿਫਰੈਂਟ ਕਲਰ ਨੇ, ਨਿਊ ਕਨਸੈਪਟ ਹੈ, ਨਿਊ ਸਟੋਕ ਲਿਆਉਂਦਾ ਤੁਹਾਡੇ ਲਈ। ਠੀਕ ਹੈ ਲਓ, ਬਹੁਤ ਹੀ ਪਿਆਰੇ ਗ੍ਰੇ ਬੇਸ ਹੈ ਤੇ ਉਹਦੇ ਉੱਤੇ ਸੋਹਣੀ ਸੋਹਣੀ ਜੀ ਬੋਟਮ ਦੇ ਨਾਲ ਸੂਟ ਰੈਡੀ ਹੋਣੇ ਆ ਤੁਹਾਡੇ, ਵਿਦਆਊਟ ਲਾਈਨਿੰਗ ਸੂਟ ਬਣਨਗੇ ਤੁਹਾਡੇ, ਕੋਈ ਸੀ ਥਰੂ ਨਹੀਂ, ਬਿਲਕੁਲ ਵੀ ਕੋਈ ਖਰਚਾ ਨਹੀਂ ਕਰਨਾ ਤੁਸੀਂ ਐਕਸਟਰਾ, ਬਸ ਸੂਟ ਬਣਾਉਣਾ ਤੇ ਪਾਉਣਾ। ਲਓ ਜੀ ਥੋੜੇ ਜਿਹੇ ਹੁਣ ਲਾਈਟ ਸ਼ੇਡ ਦਿਖਾਵਾਂ, ਫਿਰ ਅੱਗੇ ਫਿਰ ਡਾਰਕ ਦਿਖਾਉਂਗੀ। ਲਓ ਜੀ ਕ੍ਰੀਮੀ ਬਿਸਕੁਟੀ ਕਲਰ ਹੁੰਦਾ ਨਾ ਜਿਹੜਾ, ਉਹ ਹੈ ਕ੍ਰੀਮੀ ਜਿਹਾ ਕਲਰ ਹੈ, ਗੋਲਡਨ ਕ੍ਰੀਮੀ ਜਿਹਾ। ਲਓ ਤੇ ਆ ਇਹਦੇ ਨਾਲ ਮੀਡੀਅਮ ਜੇ ਪ੍ਰਿੰਟ ਦੀ ਸ਼ਰਟ, ਠੀਕ ਹੈ, ਇਹ ਤੁਹਾਨੂੰ ਮਿਲਣਾ ਜੀ 1050 ਚ। ਇਹਦੇ ਤੇ ਸਟੈਂਪ ਨਹੀਂ ਹੈਗੀ, ਸਿਰਫ ਉਹੀ ਬੰਦਾ ਇਹ ਚੀਜ਼ ਪਿੱਕ ਕਰਿਓ ਜਿਹੜਾ ਸਾਡੇ ਤੇ ਯਕੀਨ ਕਰਦਾ ਹੈ। ਠੀਕ ਹੈ ਜੀ, ਓਰੀਜਨਲ ਰਾਮਟੈਕਸ ਹੋਣ ਦੀ ਸਾਡੀ ਪੂਰੀ ਜ਼ਿੰਮੇਵਾਰੀ ਹੈ, ਪਰ ਸਟੈਂਪ ਇਹ ਤੇ ਨਹੀਂ ਹੈਗੀ। ਠੀਕ ਹੈ ਜੀ, ਅਗਲਾ ਵੀ ਇਸੇ ਤਰ੍ਹਾਂ ਹੀ ਹੈ। ਆਹ ਦੇਖੋ ਹੁਣ ਉਹਦਾ ਹੀ ਪ੍ਰਿੰਟ ਹੈ ਨਾ, ਉਹਦੇ 'ਚ ਨਹੀਂ ਸੀਗੀ, ਇਹਦੇ 'ਚ ਹੈਗੀ ਹੈ। ਠੀਕ, ਅਤੇ ਆਹ ਤੁਹਾਨੂੰ ਮਿਲੂਗਾ ਇਹਦੇ ਨਾਲ ਗ੍ਰੇ ਮਾਊਸ ਜਾਂ ਬੋਟਮ, 1050 'ਚ ਸੂਟ ਤੁਹਾਡੇ ਘਰ। ਲਓ ਜੀ ਫਿਰ ਸੀ ਗ੍ਰੀਨ ਆ ਗਿਆ, ਇਹ ਵੀ ਲੇਲਣ 'ਤੇ ਹੈ। ਠੀਕ ਹੈ, ਇਹਦੇ 'ਤੇ ਬੁਣਤੀ ਦੇ ਵਿੱਚ ਹੈਗਾ, ਠੀਕ, ਰਾਮਟੈਕਸ ਲਿਖਿਆ ਹੋਇਆ, ਇਹਦੇ 'ਚ ਵੀ ਲਿਖਿਆ ਹੋਇਆ, ਜਿੱਥੇ ਜਿੱਥੇ ਹੋਊਗਾ ਉੱਥੇ ਤੁਹਾਨੂੰ ਅਸੀਂ ਦੱਸਾਂਗੇ। ਠੀਕ ਹੈ, ਅਤੇ ਇਹ ਤੁਹਾਨੂੰ ਮਿਲ ਰਿਹਾ ਜੀ ਲਿਲਣ ਦੇ ਵਿੱਚ। ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਜੀ ਹੈ, ਸੇਮ ਜੇ ਕਲਰ ਲਗਾ ਕੇ ਪ੍ਰਿੰਟਿੰਗ ਹੋਈ ਵੀ ਹੈ, ਇਸ ਕਰਕੇ ਤਿੱਖਾਪਣ ਸੂਟ 'ਚ ਨਹੀਂ ਹੈ। ਹਲੋ, ਜਿਹੜਾ ਮਰਜ਼ੀ ਤੁਹਾਡਾ ਏਜ ਗਰੁੱਪ ਹੈ, ਆਰਾਮ ਨਾਲ ਤੁਸੀਂ ਜ਼ਿੰਦਗੀ 'ਚ ਰੰਗ ਭਰ ਸਕਦੇ ਹੋ। ਠੀਕ ਹੈ, ਸਿਰਫ 1050 'ਚ। ਲਓ ਜੀ ਅਗਲਾ, ਲਓ ਜੀ ਅਗਲਾ ਦੇਖ ਲਓ। ਠੀਕ ਹੈ, ਉਸੇ ਦਾ ਹੀ ਅਗਲਾ ਕਲਰ ਹੈ, ਬਹੁਤ ਪਿਆਰਾ ਜੀ ਕਲਰ ਕੰਬੀਨੇਸ਼ਨ ਨੇ, 1050 'ਚ ਸੂਟ ਤੁਹਾਡੇ ਘਰ ਪਹੁੰਚਣਾ ਹੈ। ਲਓ ਜੀ ਅਗਲਾ ਡਿਜ਼ਾਈਨ ਆ ਗਿਆ, ਏਅਰ ਕੂਲ ਦੇ ਉੱਤੇ ਹੈ ਉਹ ਲੈ ਲੈਣ 'ਤੇ ਅਸੀਂ ਦੋ ਡਿਜ਼ਾਈਨ ਜਿਹੜੇ ਹੁਣ ਦਿਖਾਏ ਆ, ਇਹ ਫਿਰ ਦੁਬਾਰਾ ਆ ਗਿਆ ਏਅਰ ਕੂਲ। ਲਓ ਜੀ ਇਹਨਾਂ ਦਾ ਪ੍ਰਿੰਟ ਵੀ ਕੋਡ ਸੈੱਟ ਵਾਲਾ ਹੀ ਹੈ, ਚਾਹੇ ਤੁਸੀਂ, ਚਲੋ ਸੂਟ ਤਾਂ ਬਣਦੇ ਹੀ ਹੁੰਦੇ ਨੇ, ਜੇ ਕੋਡ ਸੈੱਟ ਦਾ ਆਈਡੀਆ ਲਾਉਣਾ ਹੋਵੇ ਤੁਸੀਂ ਤਾਂ ਇਹਦੇ 'ਚ ਆਰਾਮ ਨਾਲ ਤੁਸੀਂ ਸੂਟ ਪਿੱਕ ਕਰ ਸਕਦੇ ਹੋ, ਕਿਉਂਕਿ ਵਿਦਆਊਟ ਲਾਈਨਿੰਗ ਬਣਨੀ ਹੈ, ਲਾਈਟ ਵੇਟ ਫੈਬਰਿਕ ਹੈ, ਆਰਾਮ ਨਾਲ ਬਣਾਉਣਾ ਅਤੇ ਪਾਉਣਾ। ਲਓ ਦੇਖੋ ਪ੍ਰਿੰਟ, ਠੀਕ ਹੈ, ਪੂਰੇ ਪੜ੍ਹੇ ਲਿਖੇ ਜੇ ਫੰਕੀ ਜੇ ਪ੍ਰਿੰਟ ਨੇ, ਬਹੁਤ ਅੱਛੇ ਲੱਗਣ ਵਾਲੇ ਹੈ, ਪ੍ਰਾਈਸ 1050। ਲਓ ਜੀ ਅਗਲਾ, ਲਓ ਨੋਟ ਕਰੋ, ਆ ਇਹਦੇ ਨਾਲ ਮਿਲੂਗਾ ਤੁਹਾਨੂੰ ਗ੍ਰੇ ਪ੍ਰਿੰਟ ਦੇ ਨਾਲ ਥੋੜ੍ਹਾ ਥੋੜ੍ਹਾ ਯੈਲੋ ਵਿੱਚ ਯੂਜ ਕਰਕੇ ਕੰਟਰਾਸਟ ਜਾਂ ਸ਼ਰਟ, 1050 'ਚ। ਇਹਨਾਂ ਦੇ ਉੱਤੇ ਆ ਬਹੁਤ ਮੋਟਾ ਮੋਟਾ ਕਰਕੇ ਲਿਖਿਆ, ਬਟ ਆਊਗੀ, ਹਾਂ ਹੈਗਾ ਰਾਮਟੈਕਸ। ਠੀਕ ਹੈ ਜੀ, ਲਓ ਜੀ ਅਗਲਾ ਦੇਖੋ, ਲਓ ਇਹ ਕਲਰ ਆਊਗਾ, ਅੰਗੂਰੀ ਜਿਹਾ ਕਲਰ ਹੈ, ਹਾਂ ਬਹੁਤ ਪਿਆਰਾ ਲੱਗੂਗਾ ਸੂਟ ਬਣ ਕੇ, ਕਲਰ ਬਿਲਕੁਲ ਸੋਹਣੇ ਸੋਹਣੇ ਜਿਹੇ ਨੇ, ਸਾਰੇ ਕਲਰ ਇੱਕ ਤੋਂ ਇੱਕ ਚੜ੍ਹਦਾ ਹੈ, ਕਿਸੇ ਵੀ ਕਲਰ ਦੇ ਵਿੱਚ ਕੋਈ ਐਂ ਨਹੀਂ ਹੈਗਾ ਕਿ ਆਹ ਸੂਟ ਨਹੀਂ ਕਰਦਾ, ਹਰ ਇੱਕ ਨੂੰ ਸੂਟ ਕਰਨ ਵਾਲੇ ਕਲਰ ਨੇ। ਲਓ ਜੀ ਅਗਲਾ ਦੇਖੋ, ਪਹਿਲਾਂ ਵੀ ਸ਼ਾਇਦ ਦਿੱਤੇ ਆ ਤੁਹਾਨੂੰ ਇਹਦੇ ਨਾਲ ਦੇ ਅਸੀਂ ਰੀਸਟੋਕ, ਪਹਿਲਾਂ ਇਹ ਪ੍ਰਿੰਟ ਮਸਲੀਨ 'ਤੇ ਆਇਆ, ਹਾਂ ਹੁਣ ਆ ਗਿਆ ਏਅਰ ਕੂਲ 'ਤੇ। ਠੀਕ ਹੈ, ਬੋਟਮ ਦੇ ਉੱਤੇ ਏਅਰ ਕੂਲ ਦੀ ਉਹਦੀ ਰਾਮਟੈਕਸ ਦਾ ਸਟੈਂਪ ਨਹੀਂ ਹੈਗੀ, ਸ਼ਰਟ ਦੇ ਉੱਤੇ ਮਿਲੂਗੀ। ਠੀਕ ਹੈ, ਸ਼ਰਟ 'ਤੇ ਹੋਊਗੀ, ਅਤੇ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ, ਬਹੁਤ ਸੋਹਣਾ ਲੱਗਣ ਵਾਲਾ ਸੂਟ ਬਣ ਕੇ। ਠੀਕ ਹੈ, ਬਿਊਟੀਫੁਲ, ਏਅਰ ਕੂਲ ਦੇ ਉੱਤੇ ਹੈ, ਕੋਈ ਸੀ ਥਰੂ ਨਹੀਂ, ਕੋਈ ਲਾਈਨਿੰਗ ਨਹੀਂ,
ਮਿੰਟੋ ਮਿੰਟੀ ਸੂਟ ਸਮਾਉਣਾ ਤੇ ਪਾਉਣਾ ਹੈ। ਲਓ ਜੀ ਅਗਲਾ ਦੇਖੋ, ਬਹੁਤ ਅੰਗਰੇਜ਼ੀ ਵਾਲਾ ਕਲਰ ਆ ਗਿਆ ਹੈ, ਤਾਂ ਅੰਗਰੇਜ਼ੀ ਬੜਿਆ ਕਲਰ ਹੈ, ਇਹਦਾ ਨਾਂ ਹੈ ਸਾਡਾ ਇੰਗਲਿਸ਼ ਕਲਰ। ਲਓ ਜੀ ਇੰਗਲਿਸ਼ ਕਲਰ ਦੇਖੋ ਹੁਣ ਤੁਸੀਂ, ਜਿਹੜਾ ਇਹਨਾਂ ਦਾ ਬੇਸ ਹੈ ਨਾ ਉਹ ਸਾਰਾ ਗ੍ਰੇ ਹੀ ਹੈ ਸਾਰਿਆਂ ਦਾ, ਜਿਹੜਾ ਵਿੱਚ ਬੇਸ ਹੈ ਅਤੇ ਉਹਦੇ ਨਾਲ ਸਲਵਾਰਾਂ ਦੇ ਨਾਲ ਫੁਲਾ ਰਹੇ, ਠੀਕ ਹੈ। ਲਓ ਇਹਦੇ ਉੱਤੇ ਵੀ ਸਟੈਂਪ ਕੱਟੀ ਹੋਈ ਹੈ, ਮੈਂ ਤੁਹਾਨੂੰ ਤਾਂ ਕਹਿ ਰਹੀ ਹਾਂ ਕਿਉਂਕਿ ਕਈ ਵਾਰੀ ਨਾ ਨਵਾਂ ਕਸਟਮਰ ਜਦੋਂ ਲੈਂਦਾ, ਪੁਰਾਣਿਆਂ ਨੂੰ ਤਾਂ ਸਾਡਿਆਂ ਨੂੰ ਪਤਾ ਹੈ, ਹੁਣ ਉਹਨਾਂ ਨੂੰ ਤਾਂ ਬਹੁਤ ਦੇਰ ਹੋ ਗਈ, ਹਾਂ ਵੇਖਦਿਆਂ ਨੂੰ ਉਹਨਾਂ ਨੂੰ ਤਾਂ ਪਤਾ ਵੀ ਇੱਦਾਂ ਹੋ ਜਾਂਦਾ, ਪਰ ਨਵਾਂ ਕਸਟਮਰ ਕਈ ਵਾਰੀ ਕਹਿੰਦਾ ਕਿ ਸਟੈਂਪ ਨਹੀਂ ਹੈ, ਇਸ ਕਰਕੇ ਅਸੀਂ ਪਹਿਲਾਂ ਹੀ ਦੱਸ ਦਿੰਦੇ ਹਾਂ ਜਿਹਨਾਂ ਦੇ ਵਿੱਚ ਕੱਟ ਗਈ। ਹਾਂ ਇਹਦੇ 'ਤੇ ਸਾਰੇ ਦੇਖੋ ਮਾੜਾ ਮਾੜਾ ਦਿਖ ਰਿਹਾ ਬਟ ਕੱਟ ਗਈ ਹੋਈ ਹੈ, ਨਹੀਂ ਆ ਰਹੀ ਕਿਤੇ ਅੱਗੇ ਜਾ ਕੇ ਵੀ, ਮੈਂ ਦੇਖ ਲਿਆ ਖੋਲ੍ਹ ਕੇ ਆ ਸੀ, ਆਹ ਦੇਖੋ ਇੱਥੇ ਆ ਗਿਆ ਨਾ ਬਾਈ ਰਾਮਟੈਕਸ ਐਂਡ 'ਤੇ ਜਾ ਕੇ, ਕਈ ਵਾਰੀ ਇਹ ਕਟਿੰਗ ਦੇ ਵਿੱਚ ਹੋ ਜਾਂਦਾ ਮਸ਼ੀਨਾਂ ਦੇ ਨਾਲ, ਅਤੇ ਪਰ ਫਿਰ ਵੀ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਓਰੀਜਨਲ ਹੋਣ ਦੀ ਸਾਡੀ ਜ਼ਿੰਮੇਵਾਰੀ ਹੈ ਪੂਰੀ, ਚਾਹੇ ਤੁਸੀਂ ਮਿਲ 'ਚ ਭੇਜ ਕੇ ਟੈਸਟ ਕਰਾ ਲਿਓ ਜਿਹਨੂੰ ਡਾਊਟ ਹੋਵੇ, ਠੀਕ ਹੈ ਜੀ। ਲਓ ਅਗਲਾ ਦੇਖੋ, ਗੋਲਡਨ ਕਲਰ ਆ ਉਹਦੇ ਨਾਲ ਸ਼ਰਟ ਦੇਖੋ ਕਿੰਨੀ ਪਿਆਰੀ ਜੀ ਲੁੱਕ ਆਉਣੀ ਹੈ, ਸਰਦਾਰੀ ਟੱਚ ਆ ਸੂਟਾਂ 'ਚ, ਇਹਦੇ ਉੱਤੇ ਸਟੈਂਪ ਤੁਹਾਨੂੰ ਮਿਲੂਗੀ, ਠੀਕ ਹੈ 1050 'ਚ। ਲਓ ਜੀ ਅਗਲਾ, ਇਹ 3 ਸਟੈਂਪ ਪ੍ਰੋਪਰ ਹੈਗੀ ਹੈ, ਇਹ ਮਿਲੂਗਾ ਤੁਹਾਨੂੰ ਗਾਜਰੀ ਦੇ ਨਾਲ, ਬੇਸ ਕਲਰ ਸਭ ਦਾ ਗ੍ਰੇ ਹੀ ਹੋਊਗਾ ਬਸ ਫੁੱਲ ਦੇ ਨਾਲ ਸਲਵਾਰ 'ਚ, ਸਲਵਾਰ 'ਤੇ ਨਹੀਂ ਹੋਊਗੀ ਕਿਸੇ ਵੀ ਸਲਵਾਰ ਦੇ ਉੱਤੇ ਇਹ ਵਾਲਾ ਸਟੈਂਪ ਨਹੀਂ ਹੋਣੀਗੀ, 1050 'ਚ। ਅਗਲਾ ਇਹਦਾ ਨਹੀਂ ਕਰੀਮ ਉਹੀ ਹੈ, ਕਰੀਮ ਜਿਹੀ ਹੈ, ਲਓ ਜੀ ਕਰੀਮ ਜਿਹੀ ਹੈ, ਹਲਕਾ ਜਿਹਾ ਚਿੱਟਾ ਕਰੀਮ ਨਹੀਂ ਹੈ ਬੜਾ, ਬਸ ਮਾਮੂਲੀ ਜਿਹਾ, ਕੋਈ ਜੇ ਕੋਈ ਹਲਕੀ ਜਿਹੀ ਭਾਅ ਮਾਰਦਾ ਤਾਂ ਕਹਿ ਸਕਦੇ ਤੁਸੀਂ, ਬਸ ਇਹ ਹੈ ਕਰੀਮ ਹੀ ਹੈ। ਲਓ ਜੀ ਦੇਖੋ ਲੁੱਕ ਸੂਟ ਦੀ, ਠੀਕ ਹੈ, ਬਹੁਤ ਪਿਆਰਾ ਸੂਟ ਹੈ, ਏਅਰ ਕੂਲ ਦੇ ਉੱਤੇ ਹੈ, ਆਰਾਮ ਨਾਲ ਸੂਟ ਬਣਾਉਣਾ ਅਤੇ ਪਾਉਣਾ, ਪਰ ਇਹਦੇ ਉੱਤੇ ਸਟੈਂਪ ਤੋਂ ਵਿਦਆਊਟ ਹੀ ਆਉਣਾ ਹੈ, ਨਹੀਂ ਹੈਗੀ ਸਟੈਂਪ। ਅਗੇਨ ਅਸੀਂ ਤਾਂ ਹੀ ਦੱਸਦੇ ਹਾਂ ਬਾਰ ਬਾਰ, ਨਵਾਂ ਕਸਟਮਰ ਕਈ ਵਾਰੀ ਸਟੈਂਪ ਕੌਂਸ਼ੀਅਸ ਹੁੰਦਾ, ਸਿਰਫ ਉਹੀ ਬੰਦਾ ਪਿੱਕ ਕਰਿਓ ਜਿਹਨੂੰ ਸਾਡੇ 'ਤੇ ਯਕੀਨ ਹੈ। ਥੋੜ੍ਹਾ ਜਿਹਾ ਮੋਟਾ ਪ੍ਰਿੰਟ ਦਿੰਦੇ ਹਾਂ, ਇਹ ਵਾਲਾ ਪ੍ਰਿੰਟ ਆਪਾਂ ਤੁਹਾਨੂੰ ਪਹਿਲਾਂ ਮਸਲੀਨ 'ਤੇ ਦਿੱਤਾ ਸੀ, ਠੀਕ ਹੈ, ਇਹ ਮਸਲੀਨ 'ਤੇ ਦਿੱਤਾ ਸੀ, ਇਹਦੇ ਵਿੱਚ ਇੱਥੇ ਬਾਈ ਰਾਮਟੈਕਸ ਇੱਥੇ ਥੋੜ੍ਹਾ ਜਿਹਾ ਕੱਟ ਗਿਆ, ਅੱਗੇ ਜਾ ਕੇ ਸ਼ਾਇਦ ਕਿਤੇ ਪੂਰਾ ਆ ਜਾਊਗਾ, ਦੇਖ ਲੈਂਦੀ ਹਾਂ ਮੈਂ, ਅਸੀਂ ਇੱਥੇ ਜਿਵੇਂ ਥੋੜ੍ਹਾ ਜਿਹਾ ਪੜੀਦਾ ਬਾਈ ਰਾਮਟੈਕਸ, ਅੱਗੇ ਜਾ ਕੇ ਹੋਰ ਪੂਰਾ ਹੋ ਜਾਊਗਾ, ਤੁਹਾਨੂੰ ਦਿਖਾਤਾ, ਬੋਟਮ 'ਤੇ ਤਾਂ ਹੈ ਹੀ ਨਹੀਂ, ਕਿਸੇ ਵੀ ਬੋਟਮ 'ਤੇ ਨਹੀਂ ਹੈਗਾ, ਸ਼ਰਟਾਂ 'ਤੇ ਹੀ ਹੈ, ਠੀਕ ਹੈ। ਹਲੋ ਦੇਖੋ ਜੀ, ਏਅਰ ਕੂਲ ਦੇ ਉੱਤੇ ਸੂਟ ਹੈ, ਵਿਦਆਊਟ ਲਾਈਨਿੰਗ ਬਣੂਗਾ, ਬਹੁਤ ਪਿਆਰੀ ਲੁੱਕ, ਲਾਈਟ ਵੇਟ ਫੈਬਰਿਕ ਹੈ, ਆਰਾਮ ਨਾਲ ਸੂਟ ਬਣਾਉਣਾ ਅਤੇ ਹੰਢਾਉਣਾ ਕੁੱਟ ਕੁੱਟ ਕੇ, ਅਤੇ ਕਲਰ ਬਿਲਕੁਲ ਹੀ ਨਵਾਂ ਜਿਹਾ, ਡਸਟੀ ਗਾਜਰੀ ਜਿਹਾ, 1050 'ਚ ਤੁਹਾਡੇ ਘਰ ਪਹੁੰਚਦਾ ਕਰਨਾ ਅਸੀਂ, ਠੀਕ ਹੈ, ਪੂਰੇ ਇੰਡੀਆ 'ਚ ਸਾਡੀ ਸ਼ਿਪਿੰਗ ਫਰੀ ਹੈ, ਠੀਕ। ਅਤੇ ਹੁਣ ਇਹਦੇ ਵਿੱਚ ਵੀ ਤੁਹਾਨੂੰ, ਹਾਂ ਇਹਦੇ 'ਚ ਦੇਖੋ ਆ ਗਿਆ, ਠੀਕ ਹੈ, ਅਤੇ ਇਹਦੇ 'ਚ ਆ ਗਿਆ ਜੀ ਇਹ ਵਾਲਾ ਕਲਰ, ਨੋਟ ਕਰ ਲਓ ਕਲਰ, ਪ੍ਰਿੰਟਿੰਗ ਬਹੁਤ ਪਿਆਰੀ ਹੈ ਇਹਨਾਂ ਦੀ, ਬਹੁਤ ਖੂਬਸੂਰਤ ਆਈਟਮਾਂ ਨੇ, ਅਤੇ ਖੂਬਸੂਰਤ ਪ੍ਰਾਈਸ ਦੇ ਉੱਤੇ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ, ਸਿਰਫ 1050 'ਚ। ਲਓ ਜੀ ਐਕਸਟਰਾ ਸ਼ਿਪਿੰਗ ਸਾਡੀ ਕੋਈ ਨਹੀਂ ਹੈ, ਅਗਲਾ ਕਲਰ ਨੋਟ ਕਰ ਲਓ, ਠੀਕ ਹੈ। ਲਓ ਜੀ ਨਾ ਤਾਂ ਇਹ ਨੀਲਾ, ਨਾ ਇਹ ਜਾਮਣੀ ਹੈ, ਵਿੱਚ ਵਿਚਾਲੇ ਜੀ ਹੈ, ਠੀਕ ਹੈ, ਥੋੜ੍ਹੇ ਕੋਲ ਆ ਹੀ ਗਿਆ ਬਸ, ਠੀਕ। ਅਤੇ ਬਹੁਤ ਖੂਬਸੂਰਤ ਸੂਟ ਦਾ ਪ੍ਰਾਈਸ ਸਿਰਫ 1050। ਲਓ ਜੀ ਤਾਂ ਥੋੜ੍ਹੇ ਜਿਹੇ ਸੀਨੀਅਰ ਹੋ ਅਤੇ ਥੋੜ੍ਹਾ ਜਿਹਾ ਹੋਰ ਘੱਟ ਰੰਗ ਚਾਹੀਦਾ ਤਾਂ ਫਿਰ ਗ੍ਰੇ, ਲਓ ਹੁਣ ਗ੍ਰੇ ਥੋੜ੍ਹਾ ਜਿਹਾ ਜ਼ਿਆਦਾ ਦਿਖਾ ਦਿੰਦੇ ਹਾਂ ਤੁਹਾਨੂੰ, ਗ੍ਰੇ ਦੇ ਉੱਤੇ ਵੀ ਬਹੁਤ ਪਿਆਰੀ ਲੁੱਕ ਦੇ ਰਿਹਾ ਹੈ, ਜੇ ਤੁਸੀਂ ਵੱਡਾ ਫੁੱਲ ਨਹੀਂ ਪਾਇਆ ਤਾਂ ਹਲਕੇ ਫੁਲਕੇ ਕਲਰ ਵੀ ਨੇ ਇਹਦੇ ਵਿੱਚ, ਤੁਸੀਂ ਘਰੇ ਵੀ ਪਾਓਗੇ ਨਾ ਇਹ ਸੂਟ
ਤਾਂ ਬਹੁਤ ਪਿਆਰੀ ਖਿੜਵੀਂ ਲੁੱਕ ਦਊਗੀ ਪਰਸਨੈਲਿਟੀ ਤੁਹਾਡੀ, ਸਿਰਫ 1050 'ਚ ਤੁਹਾਡੇ ਘਰ ਆ ਜੂਗਾ। ਲਓ ਜੀ ਵਾਈਟ ਕ੍ਰੀਮੀ, ਠੀਕ ਹੈ। ਲਓ ਜੀ ਇਹ ਤੁਹਾਨੂੰ ਮਿਲੂਗਾ ਜੀ ਇਹਦੇ ਬੋਟਮ ਦੇ ਉੱਤੇ। ਆ ਦੇਖੋ ਇੱਥੋਂ ਮਾੜਾ ਜਿਹਾ ਪਤਲਾ ਤਾਂ ਅੱਗੇ ਜਾ ਕੇ ਸ਼ਾਇਦ ਕਿਤੇ ਪੂਰਾ ਵੀ ਆ ਜਾਵੇ, ਨਹੀਂ ਆਇਆਗਾ ਪੂਰਾ ਸ਼ਾਇਦ। ਚਲੋ ਐਨੀ ਹਾਓ ਇਹ ਤੁਹਾਨੂੰ ਮਿਲ ਰਿਹਾ ਜੀ ਬੋਟਮ ਛੋਟੇ ਪ੍ਰਿੰਟ ਦਾ, ਅਤੇ ਨਾਲ ਤੁਹਾਨੂੰ ਮਿਲ ਰਹੀ ਇਹ ਸ਼ਰਟ, ਇਹ ਤਿਆਰ ਹੈ, ਠੀਕ ਹੈ। ਆ ਲਓ ਆਹ ਕਲਰ ਕੋਂਬੀਨੇਸ਼ਨ ਮਿਲੂਗਾ ਤੁਹਾਨੂੰ, ਬਹੁਤ ਪਿਆਰਾ ਜਿਹਾ। ਜਿੰਨਾ ਮਰਜ਼ੀ ਤੁਸੀਂ ਸੀਨੀਅਰ ਹੋ, ਮਿੰਟ ਇੱਕ ਲਾਉਣਾ ਅੱਜ ਸੂਟਾਂ 'ਤੇ, ਵੇਟ ਕਰਨ ਵਾਲੀ ਕੋਈ ਗੱਲ ਨਹੀਂ ਜੀ। ਰਾਮਟੈਕਸ ਬ੍ਰਾਂਡ ਹੈ, ਓਰੀਜਨਲ ਹੋਲਡ ਦੀ ਗਰੰਟੀ ਦੇ ਰਹੇ ਹਾਂ 1050। ਓ ਮਾਈ ਗੋਡ ਬਿਊਟੀਫੁਲ, ਆਹ ਤੁਹਾਨੂੰ ਮਿਲੂਗਾ ਜੀ ਬੋਟਮ ਕੋਟਰਾਈ ਕੋਟਨ, ਠੀਕ ਹੈ। ਇਹਦੇ ਉੱਤੇ ਤੁਹਾਨੂੰ ਸਟੈਂਪ ਬੋਟਮ 'ਤੇ ਵੀ ਮਿਲੂਗੀ, ਠੀਕ ਹੈ। ਬਟ ਅੱਗੇ ਜਾ ਕੇ ਕਿਤੇ ਪੜੀ ਜਾਊਗੀ ਵੀ ਜੋ ਕੱਟੀ ਹੋਈ ਹੈ। ਬਸ ਤੁਸੀਂ ਆਹੀ ਦੇਖ ਲਿਓ, ਆਹ ਜਿਹੜਾ ਰਿਨੇਸੈਂਸ ਕਰਕੇ ਲਿਖਿਆ ਹੁੰਦਾ ਇਹ ਰਾਮਟੈਕਸ ਵਾਲਿਆਂ ਦਾ ਹੀ ਹੁੰਦਾ, ਠੀਕ ਹੈ। ਆਹ ਜਿਹੜਾ ਲਿਖਿਆ ਹੁੰਦਾ ਨਾ ਇੱਥੋਂ ਅੱਗੇ ਰਾਮਟੈਕਸ ਲਿਖਿਆ ਹੋਊਗਾ ਉਹ ਕੱਟ ਗਿਆ, ਠੀਕ ਹੈ। ਇਹ ਤੁਹਾਨੂੰ ਮਿਲ ਰਿਹਾ ਜੀ ਕੋਟਰਾਈ ਕੋਟਨ, ਇਹ ਬੋਟਮ ਮਿਲ ਰਹੀ ਹੈ, ਅਤੇ ਇਹਦੇ ਨਾਲ ਤੁਹਾਨੂੰ ਮਿਲੂਗੀ ਬਹੁਤ ਹੀ ਪਿਆਰੇ ਜਿਹੇ ਪ੍ਰਿੰਟ ਵਾਲੀ ਸ਼ਰਟ। ਦੇਖੋ ਕਿੰਨਾ ਪੜ੍ਹਿਆ ਲਿਖਿਆ ਸੂਟ ਹੈ, ਬਿਊਟੀਫੁਲ, ਬਹੁਤ ਪਿਆਰਾ ਕਲਰ ਕਲਰ ਕੋਂਬੀਨੇਸ਼ਨ ਲੱਗੀ ਹੋਈ ਹੈ, ਠੀਕ ਹੈ। ਅਤੇ ਇਹ ਵੀ ਤੁਹਾਨੂੰ ਮਿਲ ਰਿਹਾ, ਇਹ ਮਿਲੂਗਾ ਤੁਹਾਨੂੰ 1250 'ਚ, ਇਹ 1250 ਦਾ, ਠੀਕ ਹੈ। ਇਹਨਾਂ ਦੇ ਉੱਤੇ ਵੀ ਸਟੈਂਪ ਹੈਗੀ ਤਾਂ ਹੈ, ਬਸ ਕਿਤੇ ਹੋਊਗੀ ਤਾਂ ਗੱਲ ਅਲੱਗ ਹੈ, ਕਿਤੇ ਕੱਟ ਗਈ ਪਰ ਤੁਹਾਨੂੰ ਦਿਖਾ ਤਾ ਅਸੀਂ, ਠੀਕ ਹੈ ਜੀ। ਇਹ 1250 ਦਾ ਹੈ। ਅਗਲਾ ਦੇਖੋ ਜੀ ਤੁਸੀਂ, ਲਓ ਦੇਖੋ, ਠੀਕ ਹੈ। ਬਹੁਤ ਸੋਹਣਾ ਕਲਰ ਕੰਬੀਨੇਸ਼ਨ ਅਤੇ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ 1250। ਲਓ ਜੀ ਅਗਲਾ, ਇਹ ਪਿਸਤਾ ਜੀ ਭਾਵਾਂ ਵਾਲਾ, ਪਿਸਤਾ ਪੈਰਟ ਜੀ, ਹੈ ਨਾ, ਬੋਟਮ 'ਚੋਂ ਸੇਮ ਉਵੇਂ ਹੀ ਇਹਦੇ 'ਚੋਂ ਇਹ ਪਿਸਤਾ ਹੀ ਕਹਾਂਗੇ ਆਪਾਂ ਇਹਨੂੰ, ਹਾਂ। ਲਓ ਡਿਜ਼ਾਈਨਰ ਸੂਟ ਥੋੜ੍ਹਾ ਰੈਡੀ ਹੋ ਜਾਣਾ, ਬਹੁਤ ਹੀ ਪਿਆਰਾ ਜਿਹਾ, ਠੀਕ ਹੈ। ਅਤੇ ਪ੍ਰਾਈਸ ਇਹਦੀ ਮਿਲੂਗੀ 1250, ਠੀਕ ਹੈ। ਅਗਲਾ ਤੁਹਾਨੂੰ ਮਿਲ ਰਿਹਾ ਇਹ ਵਾਲਾ, ਠੀਕ ਹੈ। ਹੈਲੋ, ਪ੍ਰਾਈਸ ਸਿਰਫ 1250। ਮਿੰਟ ਇੱਕ ਹੀ ਲਾਉਣਾ, ਜੇ ਤੁਹਾਨੂੰ ਪਸੰਦ ਆਉਂਦਾ ਸੋਚਣ 'ਤੇ ਟਾਈਮ ਨਾ ਲਾਇਓ, ਸਟੈਂਪ ਭਾਵੇਂ ਹੋਵੇ ਨਾ ਹੋਵੇ ਸਾਡੀ ਪੂਰੀ ਗਰੰਟੀ ਹੈ, ਜ਼ਿੰਮੇਵਾਰੀ ਹੈ ਬਾਏ ਰਾਮਟੈਕਸ ਲਿਖਿਆ ਹੋਵੇ ਭਾਵੇਂ ਨਾ ਲਿਖਿਆ ਹੋਵੇ। ਜੇ ਅਸੀਂ ਰਾਮਟੈਕਸ ਦੇ ਨਾਂ ਤੋਂ ਕੋਈ ਤੁਹਾਨੂੰ ਫੈਬਰਿਕ ਦਿਖਾਵਾਂਗੇ ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਉਹ ਰਾਮਟੈਕਸ ਦੀ ਹੀ ਹੋਊਗੀ। ਲਓ ਜੀ ਅਗਲਾ ਦੇਖੋ, ਓ ਮਾਈ ਗਾਡ, ਬਹੁਤ ਹੀ ਸੋਹਣਾ ਜਿਹਾ ਸੂਟ ਹੈ, ਬਹੁਤ ਹੀ ਪਿਆਰਾ ਜਿਹਾ, ਠੀਕ ਹੈ। ਜਸਟ ਪਿੱਕ ਹੈ, ਪ੍ਰਾਈਸ ਸਿਰਫ 1250, ਠੀਕ ਹੈ। ਇਹ ਵੀ ਉਸੇ ਫੈਬਰਿਕ 'ਚ ਹੈ। ਲਓ ਜੀ ਹੁਣ ਤੁਹਾਨੂੰ ਆਲ ਓਵਰ ਦੇ ਵਿੱਚ ਵੀ 1050 ਵਾਲੇ ਸੂਟ ਦੇਣੇ ਆ, ਠੀਕ ਹੈ। ਅੱਛਾ ਮੈਂ ਦੇਖ ਲੈਂਦੀ ਥੋੜ੍ਹਾ ਜਿਹਾ ਹੋਰ ਕੋਲ, ਅੱਗੇ ਜਾ ਕੇ ਸ਼ੁਰੂ ਹੁੰਦੀ ਹੈ, ਅੱਗੇ ਜਾ ਕੇ ਸ਼ੁਰੂ ਹੋ ਗਈ। ਆਹ ਦੇਖੋ ਜੀ ਅੱਗੇ ਜਾ ਕੇ ਇਹਦੇ 'ਤੇ ਸ਼ੁਰੂ ਹੋ ਜਾਂਦਾ, ਰਿਨੇਸੈਂਸ ਕਰਕੇ ਲਿਖ ਰਿਹਾ, ਇੱਥੇ ਇਹਦੇ ਸਟੈਂਪ ਦੇਖੋ ਕੱਟੀ ਹੋਈ ਹੈ, ਪੂਰੀ ਹੋਈ ਕੱਟੀ ਹੋਈ ਹੈ। ਹਾਂ ਹੋ ਸਕਦਾ ਜਿਹੜਾ ਤੁਹਾਡੇ ਕੋਲ ਪਹਿਲਾਂ 5 ਮੀਟਰ ਆਵੇ ਉਹਦੇ 'ਚ ਨਾ ਹੋਵੇ, ਦੇਖੋ ਮੈਂ ਦੇੜਦੇ ਦੇੜਦੇ ਖਾਸਾ ਦੇੜਦਾ, ਅੱਗੇ ਜਾ ਕੇ ਸ਼ੁਰੂ ਹੋ ਜਾਂਦੀ ਹੈ ਸਟੈਂਪ, ਠੀਕ ਹੈ। ਅਤੇ
ਇਹ ਤੁਹਾਨੂੰ ਏਅਰ ਕੂਲ ਦੇ ਉੱਤੇ ਮਿਲੂਗਾ, ਵਿਦਆਊਟ ਲਾਈਨਿੰਗ ਬਣੂਗਾ, ਠੀਕ ਹੈ। ਅਤੇ ਪ੍ਰਿੰਟ ਤਾਂ ਬਹੁਤ ਹੀ ਪਿਆਰਾ ਜਾਏਗਾ, ਚਾਹੇ ਤੁਸੀਂ ਫਰਾਕ ਸੂਟ ਬਣਾਓ, ਫਰੋਕ ਸੂਟ ਵੀ ਬਹੁਤ ਸੋਹਣੇ ਲੱਗਦੇ ਨੇ ਲਾਈਨਸ ਦੇ ਪ੍ਰਿੰਟ ਦੇ, ਠੀਕ ਹੈ। ਅਤੇ ਚਾਹੇ ਤੁਸੀਂ ਉੱਦਾਂ ਸੂਟ ਬਣਾਓ, ਦੁਪੱਟਾ ਮੇਰਾ ਖਿਆਲ ਹੈ ਵੀ ਇੱਥੇ ਤੁਹਾਡੇ ਕੋਲ ਘਰੋਂ ਨਿਕਲੇ, ਉਹ ਮਸਟਰਡ ਕਲਰ ਹੈ ਅਤੇ ਪ੍ਰਾਈਸ ਨਿਕਲੂਗਾ ਸਿਰਫ ਇਹਦਾ 1050। ਲਓ ਜੀ, ਇਹਦੇ 'ਚ ਤੁਹਾਨੂੰ ਇੱਕ ਕਲਰ ਹੋਰ ਦੇਵਾਂਗੇ, ਮਹਿੰਦੀ ਜਿਹਾ ਕਲਰ ਹੈ। ਲਓ, ਹੋਰ ਹੀ ਅਲੱਗ ਹੀ ਕਲਰ ਦਾ ਮਹਿੰਦੀ ਕਲਰ ਹੈ ਇਹ, ਬਹੁਤ ਸੋਹਣਾ ਜਾਤੀ ਆ ਜੀ। ਜਿਹੜਾ ਇਹ 'ਚ ਛੋਟੇ ਛੋਟੇ ਫਲਾਵਰਸ ਦਿਖ ਰਹੇ ਆ, ਬਹੁਤ ਸੋਹਣੀ ਲੁੱਕ ਦੇ ਰਹੀ ਹੈ ਸੂਟ ਨੂੰ, ਬਿਊਟੀਫੁਲ, ਜਸਟ ਫੋਰ 1050। ਇਹ ਦੋ ਹੀ ਸੀ। ਲਓ ਜੀ, ਅਗਲਾ ਇੱਕ, ਓਕੇ, ਇਹ ਸਿੰਗਲ ਹੀ ਹੈ। ਇਹਦੇ ਉੱਤੇ ਵੀ ਸਟੈਂਪ ਦੇਖਦੀ ਹਾਂ ਮੈਂ ਜੀ, ਹੋਈ ਤਾਂ ਇਹ ਸਾਨੂੰ ਦੱਸਣਾ ਪੈਂਦਾ ਨਵੇਂ ਕਸਟਮਰਸ ਵਾਸਤੇ, ਠੀਕ ਹੈ, ਕਿਉਂਕਿ ਪੁਰਾਣੇ ਕਸਟਮਰਸ ਨੂੰ ਕੋਈ ਇਸ਼ੂ ਨਹੀਂ ਹੁੰਦਾ ਵਾ ਸਟੈਂਪ ਦਾ, ਉਹ ਤਾਂ ਸਾਡੇ 'ਤੇ ਯਕੀਨ ਕਰਕੇ ਲੈਂਦੇ ਆ, ਫਿਰ ਵੀ ਅਸੀਂ ਤਾਂ ਹੀ ਦੱਸਦੇ ਹਾਂ। ਲਓ ਜੀ, ਇਹਦੇ 'ਤੇ ਹੈ ਨਹੀਂ ਜੀ, ਠੀਕ ਹੈ, ਯਕੀਨ ਰੱਖ ਸਕਦੇ ਹੋਏ, ਦਿਲ ਖੜਦਾ ਹੋਇਆ ਸਾਡੀ ਗੱਲ 'ਤੇ ਤਾਂ ਪਿੱਕ ਕਰਿਓ। ਲਓ ਜੀ, ਦੇਖੋ, ਇਹ ਵੀ ਤੁਹਾਨੂੰ ਕੋਡ ਸੈੱਟ ਲਈ ਵੀ ਬਹੁਤ ਸੋਹਣੀ ਪ੍ਰਿੰਟਿੰਗ ਹੈ, ਫਰੋਕ ਸੂਟ ਲਈ ਵੀ ਬਹੁਤ ਪਿਆਰਾ ਹੈ, ਅਤੇ ਓਵਰਆਲ ਸੂਟ ਵੀ ਬਹੁਤ ਸੋਹਣਾ ਲੱਗੂਗਾ ਇਹਦੇ 'ਚ, ਠੀਕ ਹੈ। ਮਲਟੀਕਲਰ ਜਿਹਾ ਟਾਈਪ ਲੱਗਦਾ ਹੈ, ਪਾਕਿਸਤਾਨੀ ਪ੍ਰਿੰਟਿੰਗ ਨਹੀਂ ਹੁੰਦੀ ਜਿਹੜੀ, ਉਸ ਟਾਈਪ ਦੀ ਲੁੱਕ ਦਿੰਦਾ ਮਲਟੀਕਲਰ ਦਾ, ਅਤੇ ਸੂਟ ਮਿਲੂਗਾ ਤੁਹਾਨੂੰ 1050 'ਚ। ਲਓ ਜੀ, ਸਟੈਂਪ ਇਹਦੇ 'ਤੇ ਵੀ ਨਹੀਂ ਹੈਗੀ, ਠੀਕ ਹੈ, ਬਸ ਆ ਸਟਿੱਕਰ ਹੀ ਰਾਮਟੈਕਸ ਵਾਲਿਆਂ ਦਾ, ਠੀਕ ਹੈ ਜੀ, ਅਤੇ ਉਹ ਵੀ ਇਹਦੇ ਉੱਤੇ ਪਰਚੀ ਲੱਗੀ ਹੋਈ ਹੈ, ਅਤੇ ਇਹ ਤੁਹਾਨੂੰ ਮਿਲੂਗਾ ਇਹ ਵਾਲਾ ਪ੍ਰਿੰਟ, ਮਿੱਠਾ, ਬਹੁਤ ਹੀ ਜ਼ਿਆਦਾ ਮਿੱਠਾ ਯੈਲੋ, ਮਸਟਰਡ, ਯੈਲੋ ਨਹੀਂ ਮਸਟਰਡ, ਬਹੁਤ ਹੀ ਪਿਆਰਾ ਜਿਹਾ ਮਸਲ ਕਲਰ ਹੈ, ਅਤੇ ਉਹਦੇ ਉੱਤੇ ਬਹੁਤ ਪਿਆਰੀ ਜੀ ਪ੍ਰਿੰਟਿੰਗ, ਠੀਕ ਹੈ, ਅਤੇ ਬਹੁਤ ਖੂਬਸੂਰਤ ਫੈਬਰਿਕ, ਬਹੁਤ ਪਿਆਰਾ ਫੈਬਰਿਕ ਆਉਣਾ ਤੁਹਾਡੇ ਕੋਲ, ਠੀਕ ਹੈ। ਇਹ ਵੀ ਤੁਹਾਨੂੰ ਮਿਲੂਗਾ 1050 'ਚ, ਕੋਈ ਲਾਈਨਿੰਗ ਨਹੀਂ, ਕੋਈ ਸੀਥਰੂ ਨਹੀਂ, ਆਰਾਮ ਨਾਲ ਹਲਕਾ ਫੁਲਕਾ ਸੂਟ ਸਵਾਉਣੇ ਅਤੇ ਪਾਉਣੇ, ਅਤੇ ਪ੍ਰਾਈਸ ਮਿਲੂਗਾ 1050। ਸਿੰਗਲ ਕਲਰ, ਇਹ ਸਿੰਗਲ ਕਲਰ ਹੀ ਸੀ। ਲਓ ਜੀ, ਹੁਣ ਤੁਹਾਨੂੰ ਦਿੰਦੇ ਹਾਂ ਆਪਾਂ 2x2, ਠੀਕ ਹੈ, ਜੇ ਨਾ ਸਮਝ ਆਵੇ ਤਾਂ ਮੈਂ ਦੱਸ ਦਿੰਦੀ ਹਾਂ, ਇਹ ਰਾਮਟੈਕਸ ਦੀ ਨਾ, ਇਹ ਫੈਬਰਿਕ ਦਾ ਨਾਂ ਹੈ 2x2, ਠੀਕ ਹੈ, ਅਤੇ ਰਾਮਟੈਕਸ ਨੇ 2x2 ਤੁਹਾਨੂੰ ਦਿਖਾ ਦਿੰਦੇ ਹਾਂ, ਇਹਦੇ ਉੱਤੇ ਬਕਾਇਦਾ ਸਟੈਂਪ ਹੈਗੀ ਹੈ, ਠੀਕ ਹੈ। ਆਹ ਤੁਹਾਨੂੰ ਮਿਲੂਗਾ ਜੀ ਫੈਬਰਿਕ, ਠੀਕ ਹੈ, ਵਿਦਆਊਟ ਲਾਈਨਿੰਗ ਬਣ ਜਾਂਦਾ, ਬਟ ਆਹ ਦੇਖੋ ਇਸ ਤਰ੍ਹਾਂ ਹੁੰਦਾ, ਬਸ ਥੋੜ੍ਹੀ ਬਹੁਤੀ ਟ੍ਰਾਂਸਪੇਰੈਂਸੀ ਤੁਸੀਂ ਅੰਡਰ ਸ਼ੈਡ ਨਾਲ ਆਰਾਮ ਨਾਲ ਇਹਨਾਂ ਨੂੰ ਪਹਿਨ ਸਕਦੇ ਹੋ, ਕੋਈ ਮੈਨੂੰ ਕਲਰ ਵਾਈਜ਼ ਮੈਨੂੰ ਕੋਈ ਖਾਸ ਸੀਥਰੂ ਵੀ ਨਹੀਂ ਲੱਗ ਰਿਹਾ ਗਾ, ਠੀਕ ਹੈ। ਅਤੇ ਲਓ ਜੀ, ਆਹ ਤੁਹਾਨੂੰ ਮਿਲ ਰਿਹਾ ਏ ਕਲਾਸ ਸੂਟ, ਅਤੇ ਖੂਬਸੂਰਤ ਪ੍ਰਿੰਟਿੰਗ, ਇਹ ਤੁਹਾਨੂੰ ਮਿਲਣਾ ਇਸ 1750, ਠੀਕ ਹੈ, ਵਿਦਆਊਟ ਦੁਪੱਟਾ 1750 ਦਾ ਇਹ ਸੂਟ ਮਿਲਣਾ ਤੁਹਾਨੂੰ, 2x2 ਬਾਏ ਰਾਮਟੈਕਸ, ਪਿਓਰ 2x2 ਹੋਊਗੀ, ਠੀਕ ਹੈ ਜੀ। ਨੈਕਸਟ ਲਓ ਜੀ, ਅਗਲਾ ਉਸੇ ਦਾ ਹੀ ਪ੍ਰਿੰਟ ਹੈ, ਨੋਟ ਕਰ ਲਓ, ਕਲਰ ਹੈ, ਸੋਰੀ, ਉਸੇ ਦਾ ਹੀ ਕਲਰ ਹੈ, ਨੋਟ ਕਰ ਲਓ ਇਹਦਾ ਕਲਰ, ਠੀਕ ਹੈ। ਬਸ ਇਹਨਾਂ ਦੇ ਵਿੱਚ ਬੇਸ ਕਲਰ ਤਾਂ ਸੇਮ ਜਿਹਾ ਹੀ ਰਹਿੰਦਾ, ਗ੍ਰੇ ਜਿਹਾ, ਬਸ ਆਹ ਜਿਵੇਂ ਆਹ ਫੁੱਲ ਜਿਹਾ, ਉਹਦੇ ਨਾਲ ਪੱਤੀਆਂ ਦਾ ਕਲਰ ਚੇਂਜ ਹੋ ਗਿਆ, ਬਸ ਭਾਅ ਚੇਂਜ ਹੋ ਕੇ ਮਾਰਨ ਲੱਗ ਗਿਆ, ਠੀਕ ਹੈ, ਜਿਵੇਂ ਇਹ ਰਸਟੀ ਜਿਹਾ ਲੱਗਣ ਲੱਗ ਗਿਆ, ਇਹ ਲੱਗਣ ਲੱਗ ਗਿਆ ਤੁਹਾਨੂੰ ਇਸ ਤਰ੍ਹਾਂ ਨਾਲ, ਠੀਕ ਹੈ, ਯੈਲੋਇਸ਼ ਜੀ ਭਾਅ ਮਾਰਨ ਲੱਗ ਗਿਆ, ਇੱਕ ਚਾਰ ਸੀ, ਹਾਂ, ਇਹਦੇ ਵਿੱਚ ਤੁਹਾਨੂੰ ਇਹ ਸੀ ਗ੍ਰੀਨ ਭਾਅ ਮਾਰਦਾ, ਠੀਕ ਹੈ ਨਾ, ਐਵੇਂ ਬਸ, ਆਹ ਸਿਰਫ ਇੱਕ ਫੁੱਲ ਅਤੇ ਹਲਕਾ ਜਿਹਾ ਪੱਤੀਆਂ 'ਚ ਰੰਗ ਚੇਂਜ ਹੋ ਗਿਆ, ਬੇਸ ਕਲਰ ਜਿਹੜਾ ਉਹਦਾ ਗ੍ਰੇ ਹੀ ਹੈ ਸਾਰਿਆਂ ਦਾ, ਠੀਕ ਹੈ, ਅਤੇ ਇਹ ਤੁਹਾਨੂੰ ਮਿਲ ਰਹੇ ਨੇ 1750 'ਚ 5 ਮੀਟਰ, ਠੀਕ ਹੈ ਜੀ। ਸੋ ਇਹ ਸੀਗੀ 2x2।
ਹੁਣ ਸ਼ੁਰੂ ਕਰਦੇ ਹਾਂ ਜੀ ਗਲੇਸ ਕਾਟਨ, ਠੀਕ ਹੈ, ਜਿਹੜੇ ਹੁਣ ਤੁਹਾਨੂੰ ਸੂਟ ਦੇਣੇ ਹੈ ਗਲੇਸ ਕਾਟਨ ਦਾ ਦੇਵਾਂਗੇ। ਮੌਸਮ ਚੇਂਜ ਹੋ ਰਿਹਾ, ਆਰਾਮ ਨਾਲ ਗਲੇਸ ਕਾਟਨ ਦੇ ਸੂਟ ਬਣਾਉਣੇ ਆ ਅਤੇ ਪਾਉਣੇ ਹੈ। ਆਹ ਤੁਹਾਨੂੰ ਮਿਲੂਗਾ ਜੀ ਇਹਦੇ ਨਾਲ ਸ਼ਰਟ, ਬਹੁਤ ਪੜ੍ਹਿਆ ਲਿਖਿਆ ਜਿਹਾ ਬਰੀਕ ਬਰੀਕ ਪ੍ਰਿੰਟ ਵਾਲੀ ਬੋਟਮ ਅਤੇ ਉੱਤੇ ਚੈੱਕ ਜਿਹੇ ਬਣੇ ਹੋਏ ਨੇ ਸ਼ਰਟ ਦੀ, ਅਤੇ ਇਹ ਤੁਹਾਨੂੰ ਮਿਲ ਰਿਹਾ 1000। ਅੱਛਾ, ਇਹ ਤੁਹਾਨੂੰ ਮਿਲੂਗਾ 950 'ਚ, ਇਹ 950 'ਚ ਮਿਲਣੇ, ਠੀਕ ਹੈ ਜੀ। ਦੁਪੱਟਾ ਕਿਸੇ ਨੂੰ ਚਾਹੀਦਾ ਹੋਊਗਾ ਅਸੀਂ ਦੇ ਦਾਂਗੇ, ਪੰਜਾਬ ਵਾਲਿਆਂ ਨੂੰ ਵਿਦਆਊਟ ਹੀ ਦੇਵਾਂਗੇ ਅਤੇ ਬਾਕੀਆਂ ਨੂੰ ਡਾਈ ਕਰਾ ਕੇ ਦੇ ਦਾਂਗੇ, ਠੀਕ ਹੈ। ਪਰ ਜਦੋਂ ਡਾਈ ਕਰਾਵਾਂਗੇ ਫਿਰ 3-4 ਦਿਨ ਐਕਸਟਰਾ ਲੱਗਦੇ ਹੈ, ਠੀਕ ਹੈ। ਲਓ ਜੀ, ਮਹਿੰਦੀ ਜਿਹਾ ਕਲਰ ਹੈ, ਸੁੱਕੀ ਮਹਿੰਦੀ ਟਾਈਪ ਹੈ ਨਾ, ਯੈਲੋਸ਼ ਮਹਿੰਦੀ ਜਿਹਾ ਕਲਰ ਹੈ ਅਤੇ ਆਹ ਉਹਦੇ ਉੱਤੇ ਪ੍ਰਿੰਟਿੰਗ ਹੈ, ਬਹੁਤ ਹੀ ਸਰਦਾਰੀ ਜੀ ਲੁੱਕ ਦਾ। ਲਿਮਿਟਡ ਸਟਾਕ ਦੇ ਵਿੱਚ ਹੀ ਨੇ ਸਾਰੇ, ਇਹ ਸਾਡੇ ਐਵਰਗ੍ਰੀਨ ਪ੍ਰਿੰਟ ਐਂਡ ਡਿਜ਼ਾਈਨ ਹੈ, ਆਲ ਟਾਈਮ ਹੀ ਹੁੰਦੇ ਆ ਸਾਡੇ ਕੋਲ। ਨੈਕਸਟ ਹੈਗਾ, ਅਗਲਾ ਇਹਦੇ 'ਚ ਕਲਰ ਹੈਗਾ ਜਾਮਣੀ, ਠੀਕ ਹੈ। ਬਹੁਤ ਪਿਆਰੀ ਲੁੱਕ ਆਉਂਦੀ ਬਣ ਕੇ ਸੂਟ ਦੀ, ਬਿਊਟੀਫੁੱਲ, ਠੀਕ ਹੈ। ਹਲਕੀ ਫੁਲਕੀ ਡਿਜ਼ਾਇਨਿੰਗ ਤੁਸੀਂ ਕਰਨੀ ਹੈ ਅਤੇ ਸੂਟ ਤੁਹਾਡਾ ਬਹਿ ਜਾ ਕਰੂਗਾ। ਆਹ ਜਿਹੜਾ ਬੋਟਮ ਦੇ ਵਿੱਚ ਛੋਟੀ ਛੋਟੀ ਜਿਹੀ ਪ੍ਰਿੰਟਿੰਗ ਹੈ ਨਾ, ਇਹਨੂੰ ਬਹੁਤ ਸੋਹਣੀ ਲੁੱਕ ਦਿੰਦਾ ਸੂਟ ਨੂੰ। ਇਹ ਮਿਲ ਰਹੀ ਹੈ ਤੁਹਾਨੂੰ 950 'ਚ ਸਾਰੇ, ਆਹ ਜਿਹੜੇ ਹੁਣ ਦਿਖਾਏ ਹੈ। ਅਤੇ ਅਗਲਾ ਆ ਗਿਆ ਇਹ ਡਿਜ਼ਾਇਨ ਕਲਰ, ਸੋਰੀ ਡਿਜ਼ਾਇਨ ਤਾਂ ਹੈਗਾ ਹੀ ਸੀ, ਗਾਜਰੀ ਜੀ, ਪੀਚੀ ਗਾਜਰੀ ਜਿਹਾ, ਠੀਕ ਹੈ। ਸੋ ਇਹ ਮਿਲਣੀ ਹੈ 950 'ਚ। ਲਓ ਜੀ, ਚੈੱਕ ਪ੍ਰਿੰਟ, ਮੈਨੂੰ ਲੱਗਦਾ ਸਾਡੇ ਕੋਲ ਹੈ ਤਾਂ ਸੂਟ ਸ਼ਾਇਦ ਸਿੰਗਲ ਸਿੰਗਲ ਹੀ ਹੈ, ਹੈ ਨਾ। ਅਤੇ ਇਹ ਤੁਹਾਨੂੰ ਮਿਲ ਰਿਹਾ ਜੀ ਅਗਲਾ, ਠੀਕ ਹੈ। ਚੈੱਕ ਪ੍ਰਿੰਟ ਬਹੁਤ ਡਿਮਾਂਡ 'ਚ ਰਹਿੰਦਾ ਹੈ। ਲਓ, ਗਲੇਸ ਕਾਟਨ ਬਾਈ ਰਾਮਟੈਕਸ, ਇਹ ਸਾਰੇ ਵਿਦ ਸਟੈਂਪ ਹੈ, ਠੀਕ ਹੈ। ਦੇਖੋ, ਹਾਂ ਆਹ ਲਿਖਿਆ ਹੋਇਆ, ਠੀਕ ਹੈ ਜੀ। ਆਹ ਕਲਰ ਦੇਖੋ ਤੁਸੀਂ, ਵਰਕ ਕਰਵਾਓ ਵਿਦਆਊਟ ਵਰਕ, ਹਲਕੀ ਫੁਲਕੀ ਲੇਸਿੰਗ ਡਿਜ਼ਾਈਨ, ਤੁਸੀਂ ਜਿਵੇਂ ਮਰਜ਼ੀ ਇਹਨਾਂ ਨੂੰ ਵੇਅਰ ਕਰ ਸਕਦੇ ਹੋ। ਪ੍ਰਾਈਸ ਮਿਲ ਰਿਹਾ ਤੁਹਾਨੂੰ 950, ਹਾਂ 950। ਅਗਲਾ ਇਹ ਕਲਰ ਹੈ, ਠੀਕ ਹੈ। 950 'ਚ ਸੂਟ ਤੁਹਾਡੇ ਘਰ ਪਹੁੰਚਦਾ ਹੋ ਚੁੱਕਾ, ਠੀਕ ਹੈ ਜੀ, ਚੈੱਕ ਦੇ ਵਿੱਚ। ਅਗਲਾ ਗੋਲਡਨ ਪੁਲਸੀ ਆਇਆ, ਗੋਲਡਨ ਜਾ, ਠੀਕ ਹੈ। ਬਹੁਤ ਪਿਆਰੀਆਂ ਆਈਟਮਾਂ ਨੇ ਸਾਰੀਆਂ, ਮਿੰਟੋ ਮਿੰਟੀ ਪਿੱਕ ਕਰਨ ਵਾਲੀਆਂ, ਜਾਣੀਆਂ ਵੀ ਮਿੰਟੋ ਮਿੰਟੀ ਹੈ, ਬਸ ਜਦੋਂ ਹੀ ਦੇਖੋ ਉਦੋਂ ਹੀ ਫਾਈਨਲ ਕਰ ਲੈਣੇ। ਲਓ ਜੀ, ਵਿਦਆਊਟ ਲਾਈਨਿੰਗ ਬਣਨਗੇ ਸਾਰੇ ਸੂਟ ਅੱਜ, ਦੇਖੋ ਬਹੁਤ ਪਿਆਰੀ ਲੁੱਕ ਦਊਗਾ ਸੂਟ। ਹਲਕਾ ਫੁਲਕਾ ਵਰਕ ਤੁਸੀਂ ਕਰਾਉਣਾ ਆਪ, ਕਰਾਉਣਾ ਆਪ ਕਰਾ ਲਓ, ਸਾਡੇ ਤੋਂ ਕਰਾਉਣਾ ਹੋਇਆ ਸਾਨੂੰ ਦੱਸ ਦਿਓ। ਇਹ ਤੁਹਾਨੂੰ ਮਿਲੂਗਾ ਜੀ ਸਿੰਗਲ ਡਿਜ਼ਾਈਨ ਹੈ, ਸਿੰਗਲ ਕਲਰ ਹੈ, ਇਹ ਤੁਹਾਡੇ ਕੋਲ ਸਿੰਗਲ ਕਲਰ ਹੈ ਹੁਣ, ਠੀਕ ਹੈ। ਬੋਟਮ ਦੇ ਇਹ ਬੋਟਲ ਗ੍ਰੀਨ ਹੈ, ਡਾਰਕ ਬੋਟਲ ਗ੍ਰੀਨ, ਇਹਦੇ ਵਿੱਚ ਤੁਹਾਨੂੰ ਡੋਟਸ ਮਿਲਣਗੇ ਅਤੇ ਸਟੈਂਪ ਹੋਊਗੀ ਇੱਥੇ ਵੀ, ਠੀਕ ਹੈ। ਅਤੇ ਇਹਦੇ ਇਹ ਤੁਹਾਨੂੰ ਪ੍ਰਿੰਟਿੰਗ ਨਾਲ ਮਿਲ ਰਿਹਾ, ਠੀਕ। ਕੋਟ ਸੈੱਟ ਵੀ ਪਿਆਰਾ ਲੱਗੂਗਾ ਅਤੇ ਸੂਟ ਵੀ ਵਧੀਆ ਲੱਗੂਗਾ, ਅਤੇ ਜੇ ਤੁਸੀਂ ਫਰੋਕ ਸੂਟ ਬਣਾਉਣੇ ਉਹ ਵੀ ਬਹੁਤ ਅੱਛਾ ਲੱਗੂਗਾ। ਸਭ ਨੂੰ ਰੱਖੜੀਆਂ ਤੱਕ ਅਸੀਂ ਸੂਟ ਦੇ ਸਾਡੇ ਇਹ ਪਹੁੰਚਦੇ ਹੋ ਜਾਣੇ ਆ ਜੇ ਤੁਸੀਂ ਹੁਣ ਆਰਡਰ ਕਰੋਗੇ। ਅਗਲਾ ਦੇਖਦੇ ਹਾਂ, ਡਸਟੀ ਫਰੋਜ਼ੀ ਜਾਂ ਸੋਰੀ ਸੀ ਗ੍ਰੀਨ ਜਿਹਾ ਕਲਰ ਹੈ ਬੋਟਮ ਦਾ, ਗਲੇਸ ਕਾਟਨ ਹੀ ਹੈ ਚੱਲ ਰਹੀ ਇਹ। ਅਤੇ ਆਹ ਤੁਹਾਨੂੰ ਬਹੁਤ ਹੀ ਗਰੇਸਫੁੱਲ ਜਿਹਾ ਸਰਦਾਰੀ ਜੀ ਲੁੱਕ ਦਾ ਪ੍ਰਿੰਟ ਮਿਲੂਗਾ ਸ਼ਰਟ ਦਾ, ਤਿੱਖਾਪਣ ਸੂਟ 'ਚ ਨਹੀਂ ਹੈਗਾ, ਸੋਬਰ ਸੋਬਰ ਜੀ ਲੁੱਕ ਦਾ ਸੂਟ ਹੈ, ਕੋਈ ਵੀ ਏਜ ਗਰੁੱਪ ਹੈ ਆਰਾਮ ਨਾਲ ਤੁਸੀਂ ਵੀਅਰ ਕਰ ਸਕਦੇ ਹੋ, ਬਹੁਤ ਪਿਆਰਾ ਲੱਗਣ ਵਾਲਾ ਸੂਟ, 950 ਰੁਪਈਏ 'ਚ ਸੂਟ ਤੁਹਾਡੇ ਘਰ ਆ ਜੂਗਾ, ਠੀਕ ਹੈ। ਅਗਲਾ ਕਲਰ ਨੋਟ ਕਰ ਲਓ, ਗੋਲਡਨ ਮਸਟਰਡ ਕਲਰ ਹੈ, ਠੀਕ ਹੈ। ਅਤੇ ਆਹ ਉਹਦੇ ਉੱਤੇ ਖੂਬਸੂਰਤ ਸ਼ਰਟ, ਠੀਕ ਹੈ। ਇਹਨੂੰ ਲਾਈਨਸ ਨੂੰ ਫੁੱਲਾਂ ਦੀ ਬਰੇਕ ਨੇ ਬਹੁਤ ਸੋਹਣੀ ਲੁੱਕ ਦਿੱਤੀ ਹੈ,
950 ਚ ਅਗਲਾ ਕਲਰ ਮੋਵਿਸ਼ ਮੋਵਿਸ਼ ਜੀ ਲੁੱਕ ਦਾ ਸੂਟ ਹੈ ਲੋ ਏ ਕਲਾਸ ਫੈਬਰਿਕ ਇਹਨਾਂ ਦੇ ਉੱਤੇ ਤੁਹਾਨੂੰ ਮੈਂ ਦੱਸਤਾ ਸੀ ਮੇਰੇ ਖਿਆਲ 'ਚ ਹੈ ਨਹੀਂ ਸੀ ਹੈ ਨਾ ਇਹ ਵਾਲੇ ਸੈੱਟ ਦੇ ਉੱਤੇ ਸਟੈਂਪ ਨਹੀਂ ਹੈਗੀ ਠੀਕ ਹੈ ਉਹਨਾਂ ਦੇ ਹੈ ਜੀ ਉਹਨਾਂ ਦੇ ਹੈ ਨਹੀਂ ਹੈ ਨਾ ਇਹ ਵਾਲੇ ਪੂਰੇ ਸੈੱਟ ਦੇ ਉੱਤੇ ਹੀ ਮੇਰੇ ਖਿਆਲ 'ਚ ਸਟੈਂਪ ਨਹੀਂ ਹੈਗੀ ਧਿਆਨ ਰੱਖਣਾ ਇਹ ਤੁਸੀਂ ਹੈ ਬੋਟਮ 'ਤੇ ਹੈਗੀ ਬੋਟਮ 'ਤੇ ਹੈਗੀ ਦਿਖਾਇਓ ਇਹਦੇ 'ਤੇ ਨਹੀਂ ਹੈਗੀ ਇੱਕ 'ਤੇ ਦਿਖਾ ਦਿੰਦੇ ਹਾਂ ਲਿਓ ਹਾਂ ਇਹਦੇ 'ਚ ਹੈਗੀ ਹੈ ਪ੍ਰਿੰਟਿੰਗ 'ਚ ਕਿਤੇ ਕਿਸੇ ਕਿਸੇ ਦੇ ਨਹੀਂ ਹੈਗੀ ਤਾਂ ਅਸੀਂ ਤੁਹਾਨੂੰ ਦੱਸਤਾ ਇਹ ਵਾਲੇ 'ਚ ਹੈ ਨਹੀਂ ਗੀ ਜਿਹਨਾਂ 'ਚ ਹੈਗੀ ਉਹਨਾਂ ਨੂੰ ਦਿਖਾਤਾ ਠੀਕ ਹੈ ਅਤੇ ਨੈਕਸਟ ਆ ਗਿਆ ਜੀ ਸਾਡਾ ਐਵਰਗ੍ਰੀਨ ਡਿਜ਼ਾਈਨ ਬਾਏ ਰਾਮਟੈਕਸ ਠੀਕ ਹੈ ਬੋਟਮ 'ਤੇ ਇਹਦੇ ਨਹੀਂ ਹੈਗੀ ਸ਼ਰਟ ਦੇ ਉੱਤੇ ਮਿਲੂਗੀ ਸਟੈਂਪ ਠੀਕ ਹੈ ਜੀ ਅਤੇ ਇਹ ਤੁਹਾਨੂੰ ਮਿਲ ਰਿਹਾ ਜੀ ਬਹੁਤ ਹੀ ਖੂਬਸੂਰਤ ਬਰੀਕ ਜਿਹੀਆਂ ਲਾਈਨਾਂ ਵਾਲੀ ਬੋਟਮ ਸਲਵਾਰ ਅਤੇ ਅਬਰੀਕ ਫੁੱਲ ਦਾ ਸ਼ਰਟ ਪਹਿਲਾਂ ਵੀ ਤੁਹਾਨੂੰ ਇਹ ਅਸੀਂ ਵਰਕ ਕਰਾ ਕੇ ਦਿੱਤੇ ਸੀ ਇਹਦੇ ਨਾਲ ਦੇ ਅਸੀਂ ਤੁਹਾਨੂੰ ਵਰਕ ਕਰਾ ਕੇ ਵੀ ਕਾਫੀ ਆਰਡਰ ਦਿੱਤੇ ਹੈ ਠੀਕ ਹੈ ਹੁਣ ਵੀ ਤੁਸੀਂ ਵਰਕ ਕਰਾਉਣਾ ਚਾਹੋ ਬੋਟਮ 'ਤੇ ਜਾਂ ਸ਼ਰਟ ਨੂੰ ਹਾਈਲਾਈਟ ਕਰਨਾ ਕਿਸੇ ਤਰੀਕੇ ਤਾਂ ਉਹ ਕਰਵਾ ਸਕਦੇ ਹੋ ਠੀਕ ਹੈ ਆਪਣਾ ਡਿਜ਼ਾਈਨ ਵੀ ਭੇਜ ਸਕਦੇ ਹੋ ਨਹੀਂ ਤਾਂ ਤੁਸੀਂ ਆਪ ਕਰਵਾ ਲਿਓ ਅਤੇ ਇੱਦਾਂ ਵੀ ਬਹੁਤ ਪਿਆਰਾ ਲੱਗੂਗਾ ਸਿੰਪਲ ਐਂਡ ਸੋਬਰ ਠੀਕ ਹੈ ਅਤੇ ਪ੍ਰਾਈਸ ਸਿਰਫ 950 ਅੱਗੇ ਬਿਸਕੁਟੀ ਠੀਕ ਹੈ ਅਤੇ ਨਾਲ ਆ ਬਿਸਕੁਟੀ ਜੀ ਸ਼ਰਟ ਟੋਰ ਨਿਕਲ ਜਾਣੀ ਸੂਟ ਪਾ ਕੇ ਇਹਨੂੰ ਤੁਸੀਂ ਮੈਰੂਨ ਕਲਰ ਦਾ ਹਾਈਲਾਈਟ ਦੇ ਦਿਓ ਬਹੁਤ ਪਿਆਰੀ ਲੁੱਕ ਆਊਗੀ ਨੈਕਸਟ ਆ ਗਿਆ ਪਿਸਤਾ ਠੀਕ ਹੈ ਪ੍ਰਿੰਟ ਸਭ ਦਾ ਸੇਮ ਹੀ ਬਸ ਇਹਨਾਂ ਦਾ ਕਲਰ ਡਿਫਰੈਂਸ ਹੈਗਾ ਉਹ ਤੁਹਾਨੂੰ ਮੈਂ ਦਿਖਾਤਾ ਪਿਸਤਾ ਲਾਈਨਸ ਦੀਆਂ ਆ ਗਈਆਂ ਅਤੇ ਇਹਦੇ ਵਿੱਚ ਇਹ ਵਾਲਾ ਆ ਗਿਆ ਠੀਕ ਹੈ ਅਤੇ ਇਹ ਤੁਹਾਨੂੰ ਮਿਲ ਰਿਹਾ ਸਿਰਫ 950 ਰੁਪਏ ਦੇ ਵਿੱਚ ਢਾਈ ਢਾਈ ਦੇ ਕੱਟ ਰਹਿਣਗੇ ਸਾਰੇ ਠੀਕ ਹੈ ਇਸ ਤੋਂ ਬਾਅਦ ਦੇ ਵਿੱਚ ਬੋਟਮ ਆਉਂਦੀ ਨਹੀਂ ਮੈਚਿੰਗ ਦੇ ਵਿੱਚ ਸੋ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਈ ਹੋਊਗੀ ਲਾਈਕ ਸ਼ੇਅਰ ਅਤੇ ਕਮੈਂਟ ਬਿਲਕੁਲ ਨਹੀਂ ਭੁੱਲਣਾ ਫ੍ਰੀ ਦੇ ਸੂਟ ਦੇ ਹੱਕਦਾਰ ਬਣਨ ਦੀ ਪੂਰੀ ਤੁਸੀਂ ਕੋਸ਼ਿਸ਼ ਕਰਨੀ ਹੈ ਠੀਕ ਹੈ ਜੀ ਅਤੇ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ 'ਚ ਹੋਰ ਸੋਹਣੀ ਵਰਾਇਟੀ ਲੈ ਕੇ ਮਿਲਾਂਗੇ